जस्ट देख रहे हो तुसी, मैं के पी सिंह टू द पॉइंट में सब का स्वागत करता है। अजकल वक्त बलदा पिया ते ऊर्जा सानू सारयां नू चाहीदी है, ऊर्जा के सोमे किहड़े होने चाहिए है सानू तय करना पवेगा, क्योंकि असी जिहड़े आधुनिक दौर विचों गुजरते पए हैं उत्थे ऊर्जा के सोमे साडे मुताबक जे होणगे, जे असी सोचांगे तां उहनां सोमियां तों सानू ऊर्जा ज़्यादा मिलेगी। पर इस सब दे विचाले सवाल जिहड़े आके जिथे रुकदे है वह धार्मिक स्थानां ते आके रुक जांदे है, क्योंकि असी आस्था दे नाल बन्ने हुए हैं, धर्म दे नाल असी गल करते हैं, तो उस धर्म के सोमियां तो सानू ऊर्जा किहड़ी मिलदी पई है, सवाल उत्थे आके रुक जांदा है। सवाल इस करके रुकता पाया क्योंकि धार्मिक स्थानों तो जिहड़ी ऊर्जा साडे विच पहुँचनी चाहीदी है वो उस मुताबक पहुँचती पई कि नहीं पहुँचती पई, क्योंकि असी उस लई किन्नी कोशिश करते पे, सवाल साडे अपने आप ते हैगा। इसे लई सवाल पुछना पै रहा कि धार्मिक स्थानों तो समाज नूं की सुनेहा देण दी लोड़ है, तो अज इसे ते करांगे सवाल कि धार्मिक स्थानों तो की मिले समाज नूं सुनेहा। ਜਿਹੜਾ ਇੱਥੇ ਆ ਟਾਣੀਆਂ ਉੱਤੇ ਆ ਅਤੇ ਜਿਹੜਾ ਨੂੰ ਇੱਥੋਂ ਪਾਣੀ ਮਿਲਦਾ ਰਹੂਗਾ, ਟਾਣੀਆਂ ਜਿਹੜੀਆਂ ਆਪਣਾ ਰੰਗ ਉੱਤੇ ਪਾਗੀਆਂ ਰਹਿਣ। ਅੱਜ ਅਸੀਂ ਚਰਚਾ ਜਿਹੜੀ ਕਰ ਰਹੇ ਹਾਂ, ਚਰਚਾ ਅਸੀਂ ਕਰ ਰਹੇ ਹਾਂ ਕਿ ਧਾਰਮਿਕ ਸਥਾਨਾਂ ਦੇ ਵਿੱਚੋਂ ਊਰਜਾ ਕਿਹੜੀ ਮਿਲਣੀ ਚਾਹੀਦੀ ਹੈ, ਕਿਹੜਾ ਸੁਨੇਹਾ ਜਾਣਾ ਚਾਹੀਦਾ। ਉਹ ਇਸ ਕਰਕੇ ਚਰਚਾ ਕਰ ਰਹੇ ਹਾਂ ਕਿਉਂਕਿ ਇੱਕ ਕਦਮ ਆ ਜਿਹੜਾ ਉਹ ਵਿੱਢਿਆ ਗਿਆ, ਉਹ ਕਿਹੜਾ ਕਦਮ ਹੈ ਤੁਹਾਨੂੰ ਦੱਸੂੰਗਾ, ਪਰ ਸਵਾਲ ਜਿਹੜਾ ਅਸੀਂ ਪੁੱਛਾਂਗੇ, ਸਵਾਲ ਅਸੀਂ ਇਹ ਪੁੱਛਾਂਗੇ ਸ਼੍ਰੀ ਦਰਬਾਰ ਸਾਹਿਬ 'ਚ ਸੋਲਰ ਸਿਸਟਮ ਦੀ ਸੇਵਾ ਨਾਲ ਕਿਹੜੇ ਮਿਸ਼ਨ ਨੂੰ ਅੱਗੇ ਤੋਰਿਆ ਜਾ ਰਿਹਾ। ਇਸੇ ਸਵਾਲ 'ਤੇ ਚਰਚਾ ਕਰਾਂਗੇ, ਖਾਸ ਪੈਨਲ ਸਾਡਾ ਮੌਜੂਦ ਹੈ, ਉਹਨਾਂ ਤੁਹਾਡਾ ਤਾਰੁਫ ਕਰਾ ਰਿਹਾ ਅਤੇ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਮਿਸ਼ਨ ਦੀ ਗੱਲ ਹੋ ਰਹੀ ਹੈ। ਸੋਲਰ ਸਿਸਟਮ ਦੀ ਸੇਵਾ ਜਿਹੜੀ ਉਹ ਸ਼੍ਰੀ ਦਰਬਾਰ ਸਾਹਿਬ ਵਿੱਚ ਕੀਤੀ ਜਾਣੀ ਹੈ, ਅਤੇ ਰਛਪਾਲ ਸਿੰਘ ਢੀਂਡਸਾਹਰੀ ਫਾਊਂਡਰ ਨੇ ਯੂਨਾਈਟਿਡ ਸਿੱਖ ਮਿਸ਼ਨ ਦੇ ਪਿਛਲੇ 15 ਸਾਲ ਤੋਂ ਇਹਨਾਂ ਨੇ ਇਹ ਮਿਸ਼ਨ ਸ਼ੁਰੂ ਕੀਤਾ, ਅਤੇ ਇਹਨਾਂ ਦਾ ਮਿਸ਼ਨ ਜਿਹੜਾ ਉਹ ਹੈਗਾ ਸਰਬੱਤ ਦਾ ਭਲਾ, ਸਰਬੱਤ ਦਾ ਫਲਸਫਾ, ਉਸ ਮਿਸ਼ਨ 'ਤੇ ਤੁਰੇ ਹੋਏ ਆ। ਅਤੇ ਇਹਨਾਂ ਨੇ ਸੇਵਾ ਲਈ ਹੈ, ਢੀਂਡਸਾ ਸਾਹਿਬ ਨੇ US ਤੋਂ ਇੱਥੇ ਆਏ ਹੋਏ ਆ, ਅਤੇ ਇਸ ਕਰਕੇ ਅੱਜ ਅਸੀਂ ਇਹਨਾਂ ਨੂੰ ਵੀ ਸਵਾਲ ਜਵਾਬ ਕਰ ਰਹੇ ਹਾਂ ਕਿ US ਵਾਲਿਆਂ ਨੂੰ ਇੰਨੀ ਚਿੰਤਾ ਕਿਉਂ ਹੈ, ਇੰਨੀ ਫਿਕਰ ਕਿਉਂ ਹੈ, ਮਿਸ਼ਨ ਕਿਹੜਾ ਇਹਨਾਂ ਦਾ ਹੈਗਾ। ਰਛਪਾਲ ਸਿੰਘ ਢੀਂਡਸਾ ਜੀ, ਬਹੁਤ ਸਵਾਗਤ ਹੈ ਸਰ ਤੁਹਾਡਾ। ਖਾਲਸਾ ਜੀ, ਫਤਿਹ ਜੀ। ਫਤਿਹ ਪ੍ਰਵਾਨ ਆ ਜੀ ਤੁਹਾਡੀ ਸਾਰਿਆਂ ਨੂੰ, ਸਾਰੀ ਸੰਗਤ ਨੂੰ। ਸੁਖਪਾਲ ਸਿੰਘ ਧਨੋਆ, ਇਹ ਪ੍ਰਧਾਨ ਨੇ ਸਿੱਖ ਸੇਵਾ ਦੇ, ਅਤੇ ਧਨੋਆ ਸਾਹਿਬ ਵੀ ਉਸੇ ਸਿਫਤੀ ਦੇ ਘਰ ਨਾਲ ਜੁੜੇ ਹੋਏ ਆ, ਅਤੇ ਖੁਦ ਸਾਡੇ ਵਾਲੀ ਫੀਲਡ ਵਿੱਚ ਪੱਤਰਕਾਰੀ ਦੀ, ਅਤੇ ਅਕਸਰ ਵਾਈਟ ਹਾਊਸ ਤੋਂ ਸਾਨੂੰ ਖਬਰਾਂ ਵੀ ਦਿੰਦੇ ਰਹਿੰਦੇ ਆ। ਧਨੋਆ ਸਾਹਿਬ, ਹਰਾਂ ਦਾ ਪੱਤਰਕਾਰਤਾ ਦਾ ਸਫ਼ਰ ਆ ਜਿਹੜਾ ਉਹ ਜਿਸ ਤਰੀਕੇ ਨਾਲ ਸ਼ੁਰੂ ਹੁੰਦਾ, ਪਰ ਉਹ ਜਿਹੜੇ ਸਫ਼ਰ ਦੇ ਨਾਲ ਨਾਲ ਜਿਹੜੀ ਸੇਵਾ ਵਾਲਾ ਸਫ਼ਰ ਹੈਗਾ ਉਸ 'ਤੇ ਜ਼ਿਆਦਾ ਗੱਲਬਾਤ ਕਰਾਂਗੇ। ਇਹ ਸਾਡੇ ਨਾਲ ਸੁਖਪਾਲ ਸਿੰਘ ਧਨੋਆ ਮੌਜੂਦ ਰਹਿਣਗੇ। ਧਨੋਆ ਸਾਹਿਬ, ਬਹੁਤ ਸਵਾਗਤ ਹੈ ਸਰ ਤੁਹਾਡਾ ਵੀ। ਬਹੁਤ ਸ਼ੁਕਰੀਆ ਜੀ। ਬਲੌਰ ਸਿੰਘ ਜੀ, ਅਸਲ ਵਿੱਚ ਸਵਾਲ ਜਵਾਬ ਇਹਨਾਂ ਤੋਂ ਹੋਣੇ ਚਾਹੀਦੇ। ਬਲੌਰ ਸਿੰਘ ਜੀ ਸਾਬਕਾ ਡਾਇਰੈਕਟਰ ਨੇ ਪੀਡਾ ਦੇ, ਅਤੇ ਅੱਜ ਅਸੀਂ ਸੋਲਰ ਸਿਸਟਮ ਦਾ ਹੀ ਜ਼ਿਕਰ ਕਰਨਾ, ਸੋਲਰ ਸਿਸਟਮ ਦੀ ਲੋੜ ਕਿਉਂ ਪੈ ਗਈ ਦਰਬਾਰ ਸਾਹਿਬ ਦੇ ਵਿੱਚ, ਉਹ ਬਲੌਰ ਸਿੰਘ ਹਰਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। 34 ਸਾਲ ਇਹਨਾਂ ਨੇ ਉੱਥੇ ਸੇਵਾ ਨਿਭਾਈ ਹੈ, ਹੁਣ ਇਸ ਸੇਵਾ ਦੇ ਵਿੱਚ ਯੋਗਦਾਨ ਪਾ ਰਹੇ, ਇਸ ਕਰਕੇ ਨਾ ਸੱਦਿਆ। ਬਲੌਰ ਸਿੰਘ ਜੀ, ਤੁਹਾਡਾ ਬਹੁਤ ਸਵਾਗਤ ਹੈ ਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਡਾਕਟਰ ਐਨਪੀ ਸਿੰਘ ਸਾਬਕਾ ਡੀਨ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ, ਅਤੇ ਇਹ ਪਲਾਨਿੰਗ ਅਤੇ ਐਕਸਟਰਨਲ ਸਿਸਟਮ ਨਾਲ ਜੁੜੇ ਰਹੇ ਆ ਉੱਥੇ, ਜਿਹੜੀ ਆਖਰੀ ਇਹਨਾਂ ਦਾ ਅਹੁਦਾ ਰਿਹਾ, ਅਤੇ ਇਹ ਪਲਾਨਿੰਗ ਦਾ ਹੀ ਹਿੱਸਾ ਹੈਗਾ। ਜਦੋਂ ਅਸੀਂ ਪਲਾਨਿੰਗ ਚੰਗੀ ਤਰ੍ਹਾਂ ਨਹੀਂ ਕਰਦੇ, ਜੋ ਅਸੀਂ ਸੋਚਦੇ ਨੀਗੇ, ਸਾਡੇ ਮੋਟਿਵ ਹੈ, ਸਾਡੇ ਮਿਸ਼ਨ ਆ ਪੂਰੇ ਨਹੀਂ ਹੁੰਦੇ, ਇਸ ਕਰਕੇ ਡਾਕਟਰ ਐਨ ਪੀ ਸਿੰਘ ਨੂੰ ਸੱਦਿਆ ਕਿ ਪਲਾਨਿੰਗ ਕੀ ਹੋਣੀ ਚਾਹੀਦੀ। ਡਾਕਟਰ ਐਨ ਪੀ ਸਿੰਘ, ਤੁਹਾਡਾ ਬਹੁਤ ਸਵਾਗਤ ਹੈ ਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਵਾਲ ਢੀਂਡਸਾ ਸਾਹਿਬ ਤੁਹਾਨੂੰ ਕਰਨਾ ਚਾਹੂੰਗਾ। ਢੀਂਡਸਾ ਸਾਹਿਬ, ਸਰ ਦਰਬਾਰ ਸਾਹਿਬ ਇਹ ਸੋਲਰ ਸਿਸਟਮ ਦੀ ਲੋੜ ਕਿਉਂ ਪੈ ਗਈ, ਤੁਹਾਨੂੰ ਕਿੱਥੋਂ ਪਤਾ ਲੱਗਿਆ ਸੀਗਾ ਵੀ ਦਰਬਾਰ ਸਾਹਿਬ ਸੋਲਰ ਸਿਸਟਮ ਦੀ ਲੋੜ ਹੈਗੀ ਹੈ, ਇੱਥੇ ਕਮੇਟੀ ਹੈਗੀ ਹੈ, ਕੰਮ ਕਰ ਲੈਂਦੀ ਨਾ ਆਪੇ? ਸਮੂਹ ਜਸ ਪੰਜਾਬੀ ਦੇ ਦਰਸ਼ਕਾਂ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ 2 ਮਹੀਨੇ ਤੋਂ ਇੱਕ ਜਾਣਕਾਰੀ ਅਨੁਸਾਰ ਪਤਾ ਲੱਗਾ ਸੀ ਦਰਬਾਰ ਸਾਹਿਬ ਦੇ ਵਿੱਚ ਸੋਲਰ ਸੇਵਾ ਜਿਹੜੀ ਉਹ ਚਲਾਉਣ ਲੱਗੇ ਆ, ਅਤੇ ਅਸੀਂ ਇੱਥੋਂ ਦੀ ਕਮੇਟੀ ਨੂੰ ਇੱਕ ਖਤ ਲਿਖ ਕੇ ਬੇਨਤੀ ਕੀਤੀ ਸੀ ਵੀ ਜੇ ਸੇਵਾ ਤੁਸੀਂ ਬਾਹਰਲੇ ਸਿੱਖਾਂ ਨੂੰ ਦੇ ਦਿਓ ਤਾਂ ਜੋ ਉਹ ਆਪਣਾ ਬਣਦਾ ਦਸਵੰਦ ਕੱਢ ਕੇ ਗੁਰੂ ਘਰ ਦੀ ਸੇਵਾ ਕਰ ਸਕਣ। ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਕਮੇਟੀ ਨੇ ਇਹ ਫੈਸਲਾ ਕੀ, ਇਹ ਸੇਵਾ ਬਾਹਰਲੇ ਸਿੱਖਾਂ ਨੂੰ ਦੇਣ ਦਾ ਫੈਸਲਾ ਕੀਤਾ। ਇਹ ਫੈਸਲਾ ਯੂਨਾਈਟਿਡ ਸਿੱਖ ਮਿਸ਼ਨ ਦੇ ਹੱਕ ਵਿੱਚ ਆਇਆ। ਯੂਨਾਈਟਿਡ ਨਾਟ ਓਨਲੀ ਇਹ ਐਨ ਜੀ ਓ, ਯੂਨਾਈਟਿਡ ਉਹ ਆ ਜਿਹੜਾ ਬਾਹਰਲਾ ਸਿੱਖ ਕਿਤੇ ਵੀ ਦੇਸ਼ 'ਚ ਰਹਿੰਦਾ ਹੋਇਆ ਇਸ ਸੇਵਾ ਦੇ ਵਿੱਚ ਆਪਣੇ ਤੌਰ 'ਤੇ ਹਿੱਸਾ ਪਾ ਸਕਦਾ ਹੈ। ਅਤੇ ਧੰਨਵਾਦੀ ਹਾਂ ਗੁਰੂ ਰਾਮਦਾਸ ਸਾਹਿਬ ਦੇ ਜਿਨ੍ਹਾਂ ਨੇ ਟੁੱਟ ਕੇ ਇਹ ਸੇਵਾ ਬਾਹਰਲੇ ਸਿੱਖਾਂ ਨੂੰ ਦਿੱਤੀ ਹੈ, ਅਤੇ ਆਸ ਰੱਖਦਾ ਹਾਂ ਬਾਹਰਲੇ ਸਿੱਖਾਂ ਤੋਂ ਆਪਣਾ ਤਨੋ ਮਨੋ ਇਸ ਵਿੱਚ ਹਿੱਸਾ ਪਾ ਕੇ ਇਸ ਜਿਹੜਾ
प्लांट लगना उन्हों बनता सरदा समय सिर मुकम्मल करने की सेवा ली है कि तुम कमेटी को कहा भाई तुम सेवा क्यों नहीं करते पे जो नहीं करते पे तो फिर मैं कर लैंना नहीं जी असी बेनती की जे सेवा तुम दे रहे हैं तो यह बहरले सिखां नू दे दिओ ता जो बहरले सिख अपना बनता सरदा अपने तौर पर योगदान पा सकन सेवा तो सेवा होंगी है वैसे उन्होंने पैसे नहीं तोलना चाहिए वैसे किन्ने करोड़ का प्रोजेक्ट है तकरीबन जी ये पहला जिदा तुरया सी भी 6-4 मेगावाट चलेगा हुण परमेश दे हिसाब दे नाल दरबार साहब बीड़ बाबा बुढ़ा साहब शहीद बाबा दीप सिंह ते गुरु ग्रंथ साहब भवन दे जिहड़ा टोटल प्रोजेक्ट आ 5.5 तो 6.5 करोड़ तक स्टार्टिंग हो रही है 15 थावां तुसीं चूज़ कीतियां मैं पढ़ रहा ते आस रखते हैं भी जे होर भी थावां मिलणगियां जिहदे नाल पूरा कंपलैक्स जिहड़ा आ उह बिजली दे बिल तो मुक्त हो सके असीं इह सेवावां निभावांगे चलो मटियर साहब आप समूह फिर तुहाडे कोल धनवाद साहब ਤਰੋ ਸਾਹਿਬ ਤੁਸੀਂ ਕਾਲਜ ਯੂਨੀਵਰਸਿਟੀ ਵਿੱਚ ਵੀ ਪੜ੍ਹਾਉਂਦੇ ਰਹੇ ਹੋ ਫਿਰ ਪੱਤਰਕਾਰਤਾ ਵਿੱਚ ਆ ਗਏ ਉਸ ਤੋਂ ਬਾਅਦ ਤੁਸੀਂ ਆਪਦਾ ਸਿੱਖ ਸੇਵਾ ਇਸ ਮਿਸ਼ਨ ਨੂੰ ਸ਼ੁਰੂ ਕਰ ਲਿਆ ਤਰੋ ਸਾਹਿਬ ਇਹ ਯੂਨਾਈਟਿਡ ਸਿੱਖ ਮਿਸ਼ਨ ਦੇ ਨਾਲ ਤੁਸੀਂ ਕਿਵੇਂ ਜੁੜ ਗਏ ਅਤੇ ਇਹ ਸੇਵਾ ਦੇ ਲਈ ਇਹ ਵਾਰ ਵਾਰ ਕਹਿ ਰਹੇ ਆ ਕਿ ਬਾਹਰਲੇ ਸਿੱਖਾਂ ਨੂੰ ਵਾਰ ਵਾਰ ਇਹ ਮੰਗ ਉੱਠਦੀ ਪਈ ਸੀ ਬਾਹਰਲੇ ਸਿੱਖਾਂ ਵੱਲੋਂ ਕਿ ਸਾਨੂੰ ਇਹ ਸੇਵਾ ਦਿੱਤੀ ਜਾਵੇ ਤਰੋ ਸਾਹਿਬ ਇਹਦਾ ਪਿਛੋਕੜ ਕੀ ਆ ਕੇਪੀ ਸਿੰਘ ਜੀ ਥੈਂਕ ਯੂ ਸੋ ਮੱਚ ਫੋਰ ਹੈਵਿੰਗ ਮੀ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਆ ਕਿ ਢੀਂਡਸਾ ਸਾਹਿਬ ਜਦੋਂ ਯੂਨਾਈਟਿਡ ਸਿੱਖ ਮਿਸ਼ਨ ਦੀ ਗੱਲ ਕਰਦੇ ਨੇ ਸੇਵਾ ਦੇ ਨਾਲ ਨਾਲ ਇਹਨਾਂ ਨੇ ਕਈ ਇਹੋ ਜਿਹੇ ਵੀ ਕੰਮ ਕੀਤੇ ਨੇ ਜਿਨ੍ਹਾਂ ਦੇ ਵਿੱਚ ਕਰਤਾਰਪੁਰ ਸਾਹਿਬ ਦਾ ਮਾਰਗ ਜਦੋਂ ਕੋਈ ਸੁਪਨਾ ਵੀ ਨਹੀਂ ਸੀ ਲੈਂਦਾ ਉਦੋਂ ਖੋਲ੍ਹਣ ਦੀ ਗੱਲ ਕੀਤੀ ਸੀ ਅਤੇ ਅਸੀਂ ਇਹਨਾਂ ਨਾਲ ਜੁੜੇ ਉਦੋਂ ਮੈਂ ਇਹਨਾਂ ਨੂੰ ਕਵਰ ਵੀ ਕਰਦਾ ਰਿਹਾ ਅਤੇ ਨਾਲ ਨਾਲ ਜਦੋਂ ਮੈਨੂੰ ਪ੍ਰੋਜੈਕਟ ਲੱਗਾ ਤਾਂ ਇਹਨਾਂ ਦੀ ਡੈਡੀਕੇਸ਼ਨ ਜਿਹੜੀ ਸੀ ਮੈਨੂੰ ਲੱਗਾ ਕਿ ਆਸ ਤਾਂ ਨਹੀਂ ਕਿ ਵੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਨਾਲ ਜੋ ਇੰਡੀਆ ਦੇ ਰਿਲੇਸ਼ਨ ਸੀ ਇਹ ਖੁੱਲ੍ਹ ਜਾਣਗੇ ਪਰ ਇਹਨਾਂ ਦੀ ਡੈਡੀਕੇਸ਼ਨ ਵੇਖ ਕੇ ਕੰਮ ਚੱਲਦਾ ਰਿਹਾ ਔਰ ਉਹਦੇ ਦੌਰਾਨ ਪਰਮਾਤਮਾ ਨੇ ਕਿਰਪਾ ਕੀਤੀ ਉਹ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ 550ਵੇਂ ਗੁਰਪੁਰਬ ਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹ ਖੁੱਲ੍ਹ ਗਿਆ ਇੱਕ ਮੌਕਾ ਉਹਦੇ 'ਚ ਕੇਪੀ ਸਿੰਘ ਜੀ ਇਸ ਤਰ੍ਹਾਂ ਦਾ ਆ ਗਿਆ ਕਿ ਜਦੋਂ ਪੁਲਵਾਮਾ ਕਾਂਡ ਹੋਇਆ ਤਾਂ ਸਭ ਨੂੰ ਲੱਗਣ ਲੱਗਾ ਕਿ ਹੁਣ ਤਾਂ ਬਸ ਇੰਡੋ ਪਾਕ ਰਿਲੇਸ਼ਨ ਜਿਹੜੇ ਨੇ ਉਹ ਖਤਮ ਨੇ ਅਤੇ ਨਾਲ ਹੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਵੀ ਕੰਮ ਜਿਹੜਾ ਬੰਦ ਹੋ ਜਾਣਾ ਸੋ ਇਹਨਾਂ ਨਾਲ ਗੱਲਬਾਤ ਹੋਈ ਅਤੇ ਅਸੀਂ ਇੱਥੇ US ਕੈਪੀਟਲ ਦੇ ਉੱਤੇ ਸੈਨੇਟਰਸ ਅਤੇ ਕਾਂਗਰਸਮੈਨ ਜਿਹੜੇ ਫੋਰਨ ਅਫੇਅਰਸ ਕਮੇਟੀਆਂ ਨੇ ਦੋਨੋਂ ਇਹਨਾਂ ਦੇ ਹਾਊਸਿਸ ਦੇ ਵਿੱਚ ਉਹਨਾਂ ਨੂੰ ਮਿਲੇ ਅਪਰੋਚ ਕੀਤਾ ਅੰਬੈਸੀ ਗਏ ਉਹਨਾਂ ਨੂੰ ਮੈਮੋਰੰਡਮ ਦਿੱਤੇ ਅਤੇ ਉਹਦੇ ਨਾਲ ਪਰਮਾਤਮਾ ਨੇ ਫਿਰ ਦੁਬਾਰਾ ਕਿਰਪਾ ਕੀਤੀ ਕਿ ਉਸ ਗੱਲ ਦੇ ਬਾਵਜੂਦ ਵੀ ਉਹ ਰਸਤਾ ਜਿਹੜਾ ਆ ਉਹ ਖੁੱਲ੍ਹ ਗਿਆ ਹੁਣ ਹੈਗਾ ਕਿ ਸੇਵਾ ਦੇ ਵਿੱਚ ਪੱਤਰਕਾਰੀ ਕਰਦੇ ਹੋਏ ਕਿਸ ਤਰ੍ਹਾਂ ਮੈਂ ਨਾਲ ਜੁੜਦਾ ਕਿਉਂਕਿ ਮੈਂ ਜਦੋਂ ਵਾਸ਼ਿੰਗਟਨ DC ਦੇ ਵਿੱਚ PTC ਜੁਆਇਨ ਕੀਤਾ ਅਤੇ ਲਗਾਤਾਰ ਮੈਨੂੰ ਉਹਨਾਂ ਨੇ ਅਸਾਈਨਮੈਂਟ ਦਿੱਤੀ ਵਾਈਟ ਹਾਊਸ ਦੀ ਅਤੇ ਮੇਨ ਸਟ੍ਰੀਮ ਪੋਲੀਟਿਕਸ ਦੀ ਕਵਰ ਕਰਨ ਲਈ ਅਤੇ ਮੈਂ ਉੱਥੇ ਦੇਖਦਾ ਸੀ ਵਾਈਟ ਹਾਊਸ ਤੋਂ ਬਾਹਰ ਨਿਕਲੋ ਅਤੇ ਉੱਥੇ ਤੁਹਾਨੂੰ ਹੋਮਲੈਸ ਮਿਲ ਜਾਂਦੇ ਨੇ ਇੱਕ ਦੋ ਵਾਰੀ ਉਹਨਾਂ ਨੇ ਪੱਗ ਵੇਖ ਕੇ ਮੇਰੇ ਕੋਲ ਆਏ ਮੈਨੂੰ ਲੱਗਾ ਕਿ ਪੱਗ ਦੀ ਮੇਰੀ ਆਈਡੈਂਟੀ ਅਤੇ ਮੇਰੀ ਜ਼ਿੰਮੇਵਾਰੀ ਬਣਦੀ ਆ ਮੈਂ ਥੋੜ੍ਹੀਆਂ ਜਿਹੀਆਂ ਡੋਨੇਸ਼ਨ ਦੇਣੀਆਂ ਸ਼ੁਰੂ ਕੀਤੀਆਂ ਉਹਨਾਂ ਨੂੰ $2-4-5-10 ਉਸ ਤੋਂ ਬਾਅਦ ਲਗਾਤਾਰ ਅਸੀਂ ਉੱਥੋਂ ਦੇ ਸ਼ੈਲਟਰ ਹੋਮਾਂ ਦੇ ਵਿੱਚ ਸਿੱਖ ਸੇਵਾ ਵੱਲੋਂ ਸੇਵਾ ਨਿਭਾਉਣੀ ਸ਼ੁਰੂ ਕਰ ਦਿੱਤੀ ਬਹਾਦਰ ਸਿੰਘ ਹੋਰੀ ਸਿੱਖ ਸੇਵਾ ਦੇ ਚੇਅਰਮੈਨ ਨੇ ਲਗਾਤਾਰ ਉਹ ਵੀ ਇੱਥੇ UP ਦੇ ਵਿੱਚ ਬੜੀ ਵੱਡੀ ਸੇਵਾ ਹੋਸਪਿਟਲ 'ਤੇ ਇਹੋ ਜਿਹੀਆਂ ਬਹੁਤ ਸਾਰੀਆਂ ਸੇਵਾਵਾਂ ਕਰ ਰਹੇ ਨੇ ਸੋ ਇਸ ਸੰਸਥਾ ਦੇ ਨਾਲ ਜੁੜਨ ਦਾ ਮੇਰਾ ਜਿਹੜਾ ਮੁੱਖ ਤੌਰ 'ਤੇ ਮਕਸਦ ਇਹ ਸੀ ਠੀਕ ਹੈ ਧੰਨਵਾਦ ਸਾਹਿਬ ਪੱਤਰਕਾਰ ਦਾ ਸਵਾਲ ਕਮੇਟੀ ਕੋਲੇ ਕਰਦਾ ਜਾ ਕੇ ਭਾਈ ਤੁਸੀਂ ਆਹ ਪ੍ਰੋਜੈਕਟ ਲਾਓ ਸਾਨੂੰ ਫਾਇਦਾ ਹੋਊਗਾ ਚਗਿਰਦੇ ਨੂੰ ਫਾਇਦਾ ਹੋਊਗਾ ਕਮੇਟੀ ਦਾ ਬਿੱਲ ਬਚੂਗਾ ਸੰਗਤ ਨੂੰ ਫਾਇਦਾ ਹੋਊਗਾ ਤੁਸੀਂ ਤਾਂ ਨਾਲ ਜੁੜ ਗਏ ਕਿ ਕਮੇਟੀ ਨੂੰ ਵੀ ਪਹਿਲਾਂ ਤੁਸੀਂ ਸਵਾਲ ਕੀਤਾ ਸੀ ਧੰਨਵਾਦ ਸਾਹਿਬ ਭਾਈ ਤੁਸੀਂ ਇਹ ਪ੍ਰੋਜੈਕਟ ਕਿਉਂ ਨਹੀਂ ਲਾ ਰਹੇ ਸੀਗਾ ਕੇਪੀ ਸਿੰਘ ਜੀ ਇਹ ਪੱਤਰਕਾਰਤਾ ਤੁਹਾਨੂੰ ਕਈ ਬਹੁਤ ਸਾਰੇ ਨਾ ਵਿਜ਼ਨਸ ਦਿੰਦੀ ਵੱਖਰੇ ਵੱਖਰੇ ਇੱਕ ਤਾਂ ਇੱਥੇ ਜਦੋਂ ਅਸੀਂ ਕਵਰ ਕਰਦੇ ਹਾਂ ਬਹੁਤ ਸਾਰੇ ਸਵਾਲ ਹੁੰਦੇ ਸੀ ਸ਼੍ਰੋਮਣੀ ਕਮੇਟੀ ਇਹਦੇ ਵਿੱਚ ਜੀ ਸਿਸਟਮ ਠੀਕ ਨਹੀਂ ਗਾ ਇਹਦੇ ਵਿੱਚ ਜੀ ਕਮਿਸ਼ਨ ਲੈ ਜਾਂਦੇ ਨੇ ਕਈ ਚੀਜ਼ਾਂ ਹੁੰਦੀਆਂ ਨੇ ਜਦੋਂ ਢੀਂਡਸਾ ਸਾਹਿਬ ਨਾਲ ਇਸ ਬਾਰੇ ਗੱਲ ਹੋਈ ਤਾਂ ਮੈਂ ਵੀ ਢੀਂਡਸਾ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਇੱਥੇ ਕਈ ਚੀਜ਼ਾਂ ਹੈਗੀਆਂ ਨੇ ਆਪਾਂ ਇਹ ਕੰਮ ਕਰਕੇ ਵੇਖੀਏ ਇੱਕ ਤਾਂ ਪਤਾ ਲੱਗ ਜੂਗਾ ਕਿ ਅੰਦਰ ਹੈ ਕੀ ਆ ਸੋ ਜਦੋਂ ਅਸੀਂ ਇਹ ਗੱਲ ਕਰਨ ਲੱਗੇ ਹਾਂ ਸਾਨੂੰ ਇਹ ਪਤਾ ਲੱਗਾ ਕਿ ਜਿਹੜੀ ਬਿਲਿੰਗ ਆ ਢੀਂਡਸਾ ਸਾਹਿਬ ਨੇ ਵੀ ਇਹ ਸਲਾਹ ਦਿੱਤੀ ਔਰ ਬਾਕੀ ਸਾਡੇ ਮੈਂਬਰਾਂ ਨਾਲ ਵੀ ਗੱਲ ਹੋਈ ਇੱਕ ਤਾਂ ਹੈਗਾ ਕਿ ਬਿਲਿੰਗ ਜਿਹੜੀ ਆ ਇਹਦੀ ਅਸੀਂ ਸਿੱਧੇ ਤੌਰ 'ਤੇ ਇਹ ਯੂਨਾਈਟਿਡ ਸਿੱਖ ਮਿਸ਼ਨ ਵੱਲੋਂ ਕਰਾਂਗੇ ਔਰ ਦੂਜੀ ਚੀਜ਼ ਜਿਹੜੀ ਸਾਨੂੰ ਇਹ ਲੱਗੀ ਕਿ ਅਸੀਂ ਜੋ ਬਾਹਰ ਬੈਠੇ ਉੱਥੋਂ ਦੇ ਸਿਸਟਮ ਬਾਰੇ ਇੰਨੇ ਕਿੰਤੂ ਪਰੰਤੂ ਕਰਦੇ ਹਾਂ ਤਾਂ ਕਿਉਂ ਨਾ ਇਹਦੇ ਸਿਸਟਮ ਦੇ ਨਾਲ ਜੁੜ ਕੇ ਵੇਖੀਏ ਸੋ ਇਹ ਬਿਗਨਿੰਗ ਆ ਅੱਗੇ ਵੇਖੋ ਕੀ ਹੁੰਦਾ ਚਲੋ ਸਿਸਟਮ ਤੁਸੀਂ ਗੱਲ ਕੀਤੀ ਇੱਕ ਛੋਟਾ ਬ੍ਰੇਕ ਲਵਾਂਗਾ ਬ੍ਰੇਕ ਤੋਂ ਬਾਅਦ ਉਸੇ ਸਿਸਟਮ ਦੀ ਗੱਲ ਹੋਣੀ ਚਾਹੀਦੀ ਹੈ ਜਿਹੜੇ ਸਿਸਟਮ ਦੇ ਵਿੱਚ ਅਸੀਂ ਰਹਿ ਰਹੇ ਹਾਂ ਇਸ ਸਿਸਟਮ ਦੇ ਵਿੱਚ ਧਾਰਮਿਕ ਸਥਾਨਾਂ ਤੋਂ ਕੀ ਸੁਨੇਹਾ ਜਾਣਾ ਚਾਹੀਦਾ ਇਹ ਇਕੱਲੇ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਮਾਮਲਾ ਨਹੀਂ ਹੈਗਾ ਗਾ ਇਹ ਸਾਰੇ ਧਾਰਮਿਕ ਸਥਾਨਾਂ ਦਾ ਮਾਮਲਾ ਜਿੱਥੋਂ ਗੁਰੂ ਨਾਨਕ ਦੇ ਫਲਸਫੇ ਦੀ ਗੱਲ ਹੁੰਦੀ ਹੈ ਜਿੱਥੇ ਬਾਬੇ ਨਾਨਕ ਦੀ ਗੱਲ ਹੁੰਦੀ ਹੈ ਸਰਬੱਤ ਦੇ ਪਰੇ ਦੀ ਗੱਲ ਹੁੰਦੀ ਹੈ ਉੱਥੇ ਕਿਹੋ ਜਿਹਾ ਸੁਨੇਹਾ ਜਾਏਗਾ ਵਾਪਸ ਆ ਕੇ ਸਵਾਲ ਹੋਵੇਗਾ ਜ਼ਰੂਰ
ਵੱਡਾ ਸਵਾਲ ਇੱਕ ਪੁੱਛ ਰਹੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਚਰਚਾ ਵਿੱਚ ਸ਼੍ਰੀ ਦਰਬਾਰ ਸਾਹਿਬ ਸੋਲਰ ਸਿਸਟਮ ਦੀ ਸੇਵਾ ਨਾਲ ਕਿਹੜੇ ਮਿਸ਼ਨ ਨੂੰ ਅੱਗੇ ਤੋਰਿਆ ਜਾ ਰਿਹਾ ਬਲੌਰ ਸਿੰਘ ਜੀ ਵੈਸੇ ਮੈਂ ਤੁਹਾਡੇ ਕੋਲ ਆਉਣਾ ਸੀਗਾ ਪਰ ਪਹਿਲਾਂ ਡਾਕਟਰ ਐਨ ਪੀ ਸਿੰਘ ਤੋਂ ਮੈਂ ਇੱਕ ਟੇਕ ਲੈ ਲਵਾਂ ਉਸ ਤੋਂ ਬਾਅਦ ਤੁਹਾਡੇ ਕੋਲ ਆਊਂਗਾ ਫਿਰ ਟੈਕਨੀਕਲ ਗੱਲ ਵੀ ਤੁਹਾਡੇ ਨਾਲ ਕਰ ਲਵਾਂਗੇ ਡਾਕਟਰ ਐਨ ਪੀ ਸਿੰਘ ਜੀ ਸਰ ਪਲਾਨਿੰਗ ਜ਼ਰੂਰਤ ਹੁੰਦੀ ਹੈ ਇਹ ਪਲਾਨਿੰਗ ਸਰ ਇੱਥੋਂ ਤੱਕ ਸੀਮਤ ਰਹਿ ਜੂਗੀ ਜਾਂ ਪਲਾਨਿੰਗ ਵੱਡੀ ਹੈ ਇਹ ਕੇ ਪੀ ਸਿੰਘ ਜੀ ਇਹ ਪਲਾਨਿੰਗ ਜਿਹੜੀ ਹੈ ਇਹ ਐਕਚੁਅਲੀ ਸ਼ੁਰੂਆਤ ਬੀਬੀ ਜਗੀਰ ਕੌਰ ਜੀ ਦੇ ਪ੍ਰਧਾਨ ਬਣਨ ਤੋਂ ਬਾਅਦ ਮੈਂ ਜਦੋਂ ਉਹਨਾਂ ਨੂੰ ਮਿਲਣ ਗਿਆ ਸੁਝਾਵਾਂ ਦੇ ਨਾਲ ਵੀ ਕੁਛ ਸੁਝਾਅ ਐਸ ਜੀ ਪੀ ਸੀ ਨੂੰ ਦਿੱਤੇ ਜਾਣ ਅਤੇ ਮੈਂ ਉਸ ਤੋਂ ਪਹਿਲਾਂ ਕਿਸਾਨ ਮੋਰਚੇ ਦੇ ਵਿੱਚ ਗਿਆ ਸੀ ਜੀ ਉੱਥੇ ਸਟੀਮ ਕੁਕਿੰਗ ਔਰ ਸੋਲਰ ਛੋਟੇ ਛੋਟੇ ਟਰੈਕਟਰਾਂ ਦੇ ਉੱਤੇ ਲੱਗੇ ਦੇਖ ਕੇ ਮੈਂ ਬੀਬੀ ਜੀ ਨੂੰ ਸੁਜੈਸਟ ਕਰ ਰਿਹਾ ਸੀ ਅਤੇ ਬੀਬੀ ਜੀ ਦਾ ਉਸ ਉਹਨਾਂ ਦੌਰਾਨ ਹੀ ਇੱਕ ਬਿਆਨ ਆਇਆ ਸੀ ਵੀ ਅਸੀਂ ਵੀ ਇੱਥੇ ਸੋਲਰ 'ਤੇ ਆਪਣੀ ਪਲਾਂਟ ਲਗਾਵਾਂਗੇ ਔਰ ਗੋਲਡਨ ਟੈਂਪਲ ਔਰ ਇਸੇ ਤਰ੍ਹਾਂ ਹੀ ਅਸੀਂ ਸਟੀਮ ਕੁਕਿੰਗ ਦਾ ਲੰਗਰ ਦੇ ਵਿੱਚ ਵੀ ਅਰੇਂਜਮੈਂਟ ਕਰਾਂਗੇ ਔਰ ਸਟੀਮ ਕੁਕਿੰਗ ਦੀ ਜਿਹੜੀ ਉਹਨਾਂ ਨੇ ਆਲਰੇਡੀ ਉਹ ਜਦੋਂ ਉਹਨਾਂ ਨੇ ਅਨਾਊਂਸ ਕੀਤਾ ਅਤੇ ਇਮੀਡੀਏਟਲੀ ਕਾਰ ਸੇਵਾ ਵਾਲੇ ਬਾਬਿਆਂ ਨੇ ਉਹਨਾਂ ਨੂੰ ਔਫਰ ਕੀਤਾ ਜਿਨ੍ਹਾਂ ਨੇ ਕਿਸਾਨ ਮੇਲੇ ਕਿਸਾਨ ਮੋਰਚੇ ਦੇ ਵਿੱਚ ਵੀ ਲਾਇਆ ਸੀ ਬਿਲਕੁਲ ਠੀਕ ਹੈ ਵੀ ਅਸੀਂ ਉਹੀ ਅਸੀਂ ਤੁਹਾਨੂੰ ਅਸੀਂ ਉਹ ਸੇਵਾ ਅਸੀਂ ਕਰਾਂਗੇ ਸੋ ਬਚਿਆ ਉਸ ਤੋਂ ਬਾਅਦ ਫਿਰ ਸੋਲਰ ਦਾ ਬੀਬੀ ਜੀ ਨਾਲ ਜਦੋਂ ਮੇਰੀ ਗੱਲ ਹੋਈ ਅਤੇ ਉਹਨਾਂ ਨੇ ਐਸ ਜੀ ਪੀ ਸੀ ਦਾ ਕਿਉਂਕਿ ਆਲਰੇਡੀ ਉਹਨਾਂ ਦੀ ਪ੍ਰਾਇਰਟੀ 'ਤੇ ਸੀ ਅਤੇ ਉਹਨਾਂ ਨੇ ਕਿਉਂਕਿ ਮੈਂ ਯੂਨੀਵਰਸਿਟੀ 'ਚ ਸੀ ਅਤੇ ਯੂਨੀਵਰਸਿਟੀ 'ਚ ਵੀ ਅਸੀਂ ਲਗਵਾਇਆ ਸੀ ਸੋਲਰ ਪਲਾਂਟ 300 ਕਿਲੋਵਾਟ ਦਾ ਅਤੇ ਉਹਨਾਂ ਨੇ ਮੈਨੂੰ ਆਖਿਆ ਵੀ ਤੁਸੀਂ ਕਿਉਂ ਨਹੀਂ ਸਾਡੀ ਇਹਦੇ ਵਿੱਚ ਮਦਦ ਕਰਦੇ ਅਤੇ ਇਹ ਸਾਨੂੰ ਜਿਹੜਾ ਕਾਰਜ ਹੈ ਨੇਪਰੇ ਚਾੜਿਆ ਜਾ ਸਕੇ ਸਕਸੈਸਫੁਲੀ ਫਿਰ ਉਸੇ ਨੂੰ ਹੀ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਫਿਰ ਇਹਦਾ ਪਹਿਲਾਂ ਜੋ ਪ੍ਰੋਜੈਕਟ ਸੀਗਾ ਉਹ 4 ਮੈਗਾਵਾਟ ਦਾ ਲਾਉਣ ਦਾ ਪ੍ਰੋਗਰਾਮ ਸੀ ਜੀ ਜਿਹੜਾ ਕਿ ਬਾਅਦ ਦੇ ਵਿੱਚ ਕਿਸੇ ਕਾਨੂੰਨੀ ਦਿੱਕਤਾਂ ਦੇ ਕਾਰਨ ਅਸੀਂ ਉਹਨੂੰ ਸ਼ਿਫਟ ਕੀਤਾ ਔਰ ਫਿਰ ਸਾਨੂੰ ਬਾਹਰਲੀ ਜਿਹੜਾ ਪਲਾਂਟ ਸੀ ਜਿਹੜਾ 4 ਮੈਗਾਵਾਟ ਦਾ ਅਸੀਂ ਬਾਹਰ ਜਾ ਕੇ ਲਗਾਉਣਾ ਚਾਹੁੰਦੇ ਸੀ ਉੱਥੋਂ ਬਿਜਲੀ ਟ੍ਰਾਂਸਫਰ ਕਰਨਾ ਚਾਹੁੰਦੇ ਸੀ ਉਹਨੂੰ ਅਸੀਂ ਸਾਨੂੰ ਫਲੋਰ ਉੱਪਰ ਟੋਪ ਰੂਫ ਟੋਪ ਦੇ ਉੱਤੇ ਕਨਵਰਟ ਕਰਨਾ ਪਿਆ ਉਹ ਪ੍ਰੋਜੈਕਟ ਅਤੇ ਉਹਦਾ ਫਿਰ ਅਸੀਂ ਬਹੁਤ ਸਾਰੀਆਂ ਕੰਪਨੀਆਂ ਕੋਲ ਸਰਵੇ ਕਰਵਾਇਆ ਸਰਵੇ ਕਰਵਾਉਣ ਤੋਂ ਬਾਅਦ ਟੋਪ ਕਲਾਸ ਕਿਉਂਕਿ ਉਸੇ ਦੌਰਾਨ ਢੀਂਡਸਾ ਸਾਹਿਬ ਦੇ ਨਾਲ ਬੀਬੀ ਜੀ ਦੀ ਗੱਲ ਚੱਲਦੀ ਸੀ ਵੀ ਇਹਨਾਂ ਨੂੰ ਅਸੀਂ ਸੇਵਾ ਦੇਣੀ ਹੈ ਅਤੇ ਉਹਨਾਂ ਨੇ ਫਿਰ ਮੇਰੀ ਲੋਕਲੀ ਡਿਊਟੀ ਲਾਈ ਵੀ ਉਸ ਤੋਂ ਪਹਿਲਾਂ ਫਿਜ਼ੀਬਿਲਟੀ ਰਿਪੋਰਟ ਬਣਾਈ ਜਾਵੇ ਵੀ ਇੱਥੇ ਕਿੰਨਾ ਲੱਗ ਸਕਦਾ ਸੋ ਉਹਦੇ ਵਿੱਚ ਸਾਡਾ ਜਿਹੜਾ 7 ਕੰਪਨੀਆਂ ਅਸੀਂ ਉਸ ਵੇਲੇ ਅਸੀਂ ਰੋਪਿਨ ਕੀਤੀਆਂ 7 ਦੇ ਵਿੱਚੋਂ ਇਹ ਕੰਪਨੀਆਂ ਨੇ ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੀਆਂ 3 ਜਾਂ 4 ਕੰਪਨੀਆਂ ਸੀ ਜਿਨ੍ਹਾਂ ਨੇ ਸਾਨੂੰ ਸੁਜੈਸਟ ਕੀਤਾ ਵੀ ਇੱਥੇ 1 ਮੈਗਾਵਾਟ ਦਾ ਪ੍ਰੋਜੈਕਟ ਗੋਲਡਨ ਟੈਂਪਲ 'ਚ ਲੱਗ ਸਕਦਾ ਅਤੇ ਫਿਰ ਅਸੀਂ ਇਸ ਪ੍ਰੋਜੈਕਟ ਨੂੰ ਹੀ ਐਗਜ਼ੀਕਿਊਟ ਕਰਨ ਦਾ ਪ੍ਰਪੋਜ਼ਲ ਬਣਾਇਆ ਅਤੇ ਉਸੇ ਨੂੰ ਐਗਜ਼ੀਕਿਊਟ ਕਰਨ ਦੇ ਲਈ ਫਿਰ ਅਸੀਂ ਇਹ ਜਿਹੜੀ ਪ੍ਰਪੋਜ਼ਲ ਸੀਗੀ ਉਹ ਬੀਬੀ ਜੀ ਨੂੰ ਦੱਸਿਆ ਅਤੇ ਉਹਨਾਂ ਨੇ ਫਿਰ ਯੂਨਾਈਟਿਡ ਸਿੱਖ ਮਿਸ਼ਨ ਦੇ ਨਾਲ ਗੱਲਬਾਤ ਦੇ ਕੀਤੀ ਅਤੇ ਉਹਨਾਂ ਨੂੰ ਇਹ ਸੇਵਾ ਮੀਨਵਾਇਲ ਅਲੋਟ ਹੋ ਗਈ ਐਸ ਜੀ ਪੀ ਸੀ 'ਚੋਂ ਅਤੇ ਉਹਨਾਂ ਨੇ ਫਿਰ ਐਗਜ਼ੀਕਿਊਟ ਕਰਨ ਵਾਸਤੇ ਆਪਣੇ ਸਟੈਪ ਲੈਣ ਵਾਸਤੇ ਇਸ ਤੋਂ ਅੱਗੇ ਵੀ ਪਲਾਨਿੰਗ ਹੈਗੀ ਹੈ ਜਾਂ ਇੱਥੇ ਦਰਬਾਰ ਸਾਹਿਬ ਤੱਕ ਸੀਮਤ ਰਹਿਣਾ ਜਾਂ ਅੱਗੇ ਵੀ ਪਲਾਨਿੰਗ ਹੈਗੀ ਐਸ ਫੀਲਡ ਜਿਹੜੀ ਹੈ ਅਸੀਂ ਉਹਨੂੰ ਥੋੜ੍ਹਾ ਐਕਸਟੈਂਡ ਕਰਕੇ ਕਿਉਂਕਿ ਪਹਿਲਾਂ ਓਰੀਜਨਲੀ ਪ੍ਰੋਜੈਕਟ ਸੀਗਾ 4 ਮੈਗਾਵਾਟ ਦਾ ਅਤੇ ਕਿਉਂਕਿ ਗੋਲਡਨ ਟੈਂਪਲ ਦਾ ਜਿਹੜਾ ਰੂਫ ਟੋਪ 'ਤੇ ਸਿਰਫ ਕਪੈਸਿਟੀ 1 ਮੈਗਾਵਾਟ ਦੀ ਸੀ ਅਤੇ ਫਿਰ ਬੀਬੀ ਜੀ ਨੂੰ ਇਹਨਾਂ ਨੇ ਆਖਿਆ ਵੀ ਅਸੀਂ ਹੋਰ ਵੀ ਸੇਵਾ ਅਗਰ ਤੁਸੀਂ ਦਿਓ ਸਾਨੂੰ ਤਾਂ ਅਸੀਂ ਕਰਨ ਦੀ ਸ਼ਮਤਾ ਰੱਖਦੇ ਹਾਂ ਅਤੇ ਉਹਦੇ ਫਿਰ ਹੁਣ ਇਹਨਾਂ ਨੇ ਕੋਈ 1.5 ਮੈਗਾਵਾਟ ਦਾ ਪ੍ਰੋਜੈਕਟ ਜੋ ਸਰਾਊਂਡਿੰਗ ਬਿਲਡਿੰਗ ਹੈ ਅਤੇ ਪਲੱਸ ਬਾਬਾ ਦੀਪ ਸਿੰਘ ਦੀਆਂ ਬਿਲਡਿੰਗਾਂ ਉਹਨਾਂ ਦੇ ਵਿੱਚੋਂ ਉਹਦਾ ਸਾਰਾ ਕੈਲਕੂਲੇਟ ਕਰਕੇ ਪਲੱਸ ਬਾਬਾ ਬੁੱਢਾ ਸਾਹਿਬ ਕਰਕੇ ਅਤੇ 1.5 ਮੈਗਾਵਾਟ ਦਾ ਇਸ ਵੇਲੇ ਪਲੈਨਿੰਗ ਹੈ ਸਰ ਚਲੋ ਬਲੌਰ ਸਿੰਘ ਜੀ ਅਸਲ ਮੁੱਦਾ ਤੁਹਾਡਾ ਇਹਨਾਂ 'ਤੇ ਮੈਂ ਗੱਲਬਾਤ ਕਰ ਲਈ ਹੈ ਸਾਰੀ ਬਲੌਰ ਸਿੰਘ ਜੀ ਤੁਸੀਂ ਇੰਨੇ ਸਾਲ ਇਸ ਮਹਿਕਮੇ ਦੇ ਵਿੱਚ ਰਹੇ ਹੋ ਬੜਾ ਮਹਿੰਗਾ ਪ੍ਰੋਜੈਕਟ ਹੁੰਦਾ ਸੀ ਸਬਸਿਡੀਆਂ ਵੀ ਮਿਲਦੀਆਂ ਰਹੀਆਂ ਅਸੀਂ ਤੁਹਾਡੇ ਮਹਿਕਮੇ ਨੂੰ ਕਵਰ ਵੀ ਕਰਦੇ ਰਹੇ ਹਾਂ ਲੋਕ ਡਰਦੇ ਹੁੰਦੇ ਸੀ ਇਸ ਪ੍ਰੋਜੈਕਟ ਤੋਂ ਵੀ ਬੜਾ ਮਹਿੰਗਾ ਪ੍ਰੋਜੈਕਟ ਆ ਇਹਦੇ ਪੈਨਲ ਬੜੇ ਮਹਿੰਗੇ ਆ ਹੁਣ ਇਸ ਦੇ ਵਿੱਚ ਕੀ ਛੋਟ ਮਿਲ ਰਹੀ ਹੈ ਅਤੇ ਤੁਸੀਂ ਕਿਸ ਤਰੀਕੇ ਨਾਲ ਐਗਜ਼ੀਕਿਊਟ ਕਰੋਗੇ ਸਭ ਤੋਂ ਪਹਿਲਾਂ ਤਾਂ ਜੀ ਮੈਂ ਯੂਨਾਈਟਿਡ ਸਿੱਖ ਮਿਸ਼ਨ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਇਹਨਾਂ ਨੂੰ ਗੁਰੂ ਸਾਹਿਬ ਨੇ ਆਪਣੇ ਸੇਵਾ ਦਿੱਤੀ ਹੈਗੀ ਹੈ ਜਿਹੜਾ ਸੋਲਰ ਪਾਵਰ ਪਲਾਂਟ ਦਰਬਾਰ ਸਾਹਿਬ ਦੇ ਲੱਗਣਾ ਅਤੇ ਮੈਨੂੰ ਵੀ ਖੁਸ਼ੀ ਹੈ ਕਿ ਇਸ ਸੇਵਾ ਦੇ ਵਿੱਚ ਇਸ ਟੀਮ ਦਾ ਮੈਂਬਰ ਮਤਲਬ ਕਿ ਕੰਮ ਕਰਨ ਦਾ ਮੌਕਾ ਮਿਲਿਆ ਹੈ ਜਿਵੇਂ ਦੂਸਰਾ ਅਸੀਂ ਸੋਲਰ ਐਨਰਜੀ ਦਾ ਪ੍ਰੋਜੈਕਟ ਬਾਰੇ ਗੱਲ ਕਰਨੀ ਹੈ ਅੱਜ ਅਸੀਂ ਸਾਰੇ ਜਾਣਦੇ ਹਾਂ ਕਿ ਵਰਲਡ ਵਾਈਡ ਹੀ ਸੋਲਰ ਐਨਰਜੀ ਜਿਹੜੀ ਹੈਗੀ ਹੈ ਅਸੀਂ ਕਲਾਈਮੇਟ ਚੇਂਜ ਦੀ ਗੱਲ ਹੋ ਰਹੀ ਹੈਗੀ ਹੈ ਇਨਵਾਇਰਮੈਂਟ ਦੀ ਗੱਲ ਹੋ ਰਹੀ ਹੈ ਇਹ ਕਲੀਨ ਫਿਊਲ ਹੈ ਐਂਡ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੈਗੇ ਹੋ ਵੀ ਅੱਜ ਤੋਂ 10 ਸਾਲ ਪਹਿਲੇ ਸੋਲਰ ਐਨਰਜੀ ਵਾਜ਼ ਵੈਰੀ ਐਕਸਪੈਂਸਿਵ ਬਹੁਤ ਜ਼ਿਆਦਾ ਕੰਪੀਟੀਟਿਵ ਸੀਗੀ
ये दूसरे साढ़े रिसोर्स से जिस तरह गैस है कोल है वो तो 3 times 4 times एक्सपेंसिव सी तो वैसे ही बहुत महंगी बिजली है। हाँ जी, लेकिन अज की डेट के वर्ल्ड वाइड एक प्रूवन टेक्नोलॉजी हो चुकी हैगी है एंड दिस इज़ द मोस्ट चीपेस्ट मोड ऑफ एनर्जी तकरीबन यह जी सा ग्रिड पावर जी हैगी है वो भी यह सस्ती सानू पैंदी हैगी है तकरीबन 3 रुपए की कॉस्ट हैगी है। तो जो ये प्रोजेक्ट बारे गलबात हुई सर सुपाल सिंह जी ढींसा प्रेजिडेंट ने जोड़े इन्हों गलबात हुई एम पी सिंह जी गलबात हुई असी यह जाके उत्थे सर्वे किया जाके असी क्योंकि कपैसिटी जी हैगी उत्थे रिक्वायरमेंट दरबार साहब की जी एनुअल कंजम्पशन हैगी है इलैक्ट्रिसिटी की वो तकरीबन 50 to 60 lakh के विच हैगी है। जे असी चाहिए भी सारी असी सोलर एनर्जी के नाल असी इनू ऑफसैट करना है वो तकरीबन सानू 4 MW का प्रोजेक्ट चाहिए है। 4 MW के लिए सानू स्पेस जी है वो नहीं उत्थे अवेलेबल सीगी पहले साड़ी जिस तरह डॉक्टर एन पी सिंह ने दस्या हैगा असी प्लांट किते होर लगा पॉलिसी साड़ी गवर्नमेंट की है असी किसी जगह पर ओपन दे विच मतलब के किसी दूर जगह पर जाके प्लांट लगा सकते हैं उतो इलैक्ट्रिसिटी जी है ट्रांसफर कर सकते हैं पर उदे च कुछ चार्जेस ज़्यादा होने करके वायबिलिटी नहीं बनती हैगी वो असी सैकेंड स्टेज दे विच देखांगे। इमीजिएटली जिहड़ा हैगा जिस तरह यूनाइटेड सिख मिशन दे नाल एच ई पी सी दे जिहड़े मैंबर्स दे नाल मीटिंग करके असी डिसाइड किया असी तकरीबन 12 buildings जिहड़ियां दरबार साहब कैंपस दे विच नेगियां उत्थे सर्वे किया उहदे च तकरीबन 1 MW का प्रोजेक्ट लगेगा। उस तो बाद बीड़ बाबा बुढ़ा साहब बाबा दीप सिंह जी का गुरद्वारा साहब तो उस बाबा दीप सिंह की सरां जी है उत्थे तकरीबन 1.5 MW की प्रोजेक्ट की कपैसिटी साड़ी ये वर्कआउट 12 + 3 = 15 थावां चूज कीती हुई हैं। तुसीं कह रहे 4 MW का असी सोचा होया सीगा पर 1 to 1.5 MW असी उन्हें एग्जीक्यूट कर रहे हैं असी शुरुआत जी हैगी 1.5 MW ठीक है। एक तुसीं होर कहा कि 50 to 60 lakh units है जिहड़ा उत्थे दरबार साहब का खर्चा हुंदा मैनूं थोड़ा समझा सकदे कैलकुलेट जे तुसीं कीता होवे तां कोई जरूरी नहीं जे तुहानूं पता तां इस बारे किन्ना क बिल बनता होगा ये मोटा मोटा ये तकरीबन जिहड़ा सालाना बिल जिहड़ा हैगा ये तकरीबन 4 crore का बिल तकरीबन 4 crore का ये तुसीं प्रोजेक्ट वर्ल्ड वाइड सारे अवेयर है अजकल बहुत ज्यादा इस चीज का मतलब कि अवेयरनेस भी है क्लाइमेट चेंज बारे भी किस तरह असं अपने एनवायरमेंट सेव करना है पोल्यूशन तो बचाना है बिकॉज असं जिनी देर स्विच ओवर नहीं करा क्लीन एनर्जी सोर्स उन्नी देर नहीं हो सकता है लेकिन अज की गल हैगी है। लेकिन गुरु साहब ने जिते असी ये प्रोजेक्ट लगा रहे हैं गुरु रामदास जी का यह घर हैगा जिते हमेशा गुरु साहब की बाणी का जोड़ा प्रसार हो रहा है गुरु साहब ने तो सानू अज तो 550 साल पहले गुरु नानक साहब ने भी एनवायरमेंट बारे जानकारू करा दिता सीगा उन्होंने तो पहले ही एनवायरमेंट पावन गुरु पाणी पिता माता तरत मात इस बारे सानू एनवायरमेंट बारे सेव करने वास्ते पहले ही गुरु साहब ने मैसेज मैं ही कहना चाह रहा हाँ जी हाँ जी सो इस करके ये प्रोजेक्ट जोड़ा है उत्थे दरबार साहब के लिए होर भी इंपोर्टेंस रखता है इलैक्ट्रिसिटी एक वन इशू सेविंग हैगी है लेकिन जिते श्रोमणी कमेटी ये संस्था हैगी है होर सेवावां कर रही है एजुकेशन के फील्ड के मेडिकल के फील्ड के एक एनवायरमेंट के भी एक कंट्रीब्यूशन जी हैगी है सेव करने ये बड़ा इंपोर्टेंट पॉइंट है टू द पॉइंट में बड़ा इंपोर्टेंट पॉइंट है। ढींसा साहब मैं ब्रेक लैनी हूँ ढींसा ब्रेक जाने तो पहले एक सवाल तुम जरूर करना चाहता वैसे तो गुरु घर सेवा करनी हो कुछ भी औखा नहीं होंगे गा पर औखा 1 crore rupees इकट्ठा करना गुरु घर की सेवा तो सदा ही हर सिख लोचदा बेनती है ये सारे ही समूह वर्ल्ड वाइड गुरद्वारा साहबान के मैंबर जथेबंदियों हर नागरिक जड़ा सिखी ना प्यार करता ये अपना योगदान पाउणगे ता जो असी इस पहले स्टैप नू पूरा करते हुए जे श्रोमणी कमेटी अलाउ करे तो 5 तख्तों तक भी असी इस सेवा नू लैके जावांगे जिहदे विच्चों असी बहुत कुछ तो नहीं पर गुरु दे आशे अनुसार जिन्ना भी बढ़ चढ़ के हिस्सा पा सकते हुए इस एनवायरमेंट लई असी जरूर पावांगे। उस तो उपरंत जे होर कोई सेवावां एजुकेशन दियां भी होईआं तो प्लानिंग बड़ी वड्डी है तुसीं ते 5 तख्तों तक तुसीं कह रहे हो प्रोजेक्ट लैके जाने छोटा ब्रेक लवेंगे ब्रेक तो वापस आवेंगे 5 तख्तों तक यह प्रोजेक्ट जाऊगा। इस तो अलावा इस प्रोजेक्ट की गूंज है जी होर धार्मिक स्थान है जोड़े जोड़े असल में जोड़े मानव कार्य जोड़े इन्हों करने चाहिए मनुखता की सेवा जी करनी चाहिए असल में धार्मिक स्थान इन्हों स्थानों
की कोई सीध लैणगे, सवाल यही है। वापस आ रहा क्योंकि मसला चुगिरदे दा, चुगिरदे नूं बचाउणा बचाउणा तां सानू सब नूं इकट्ठे होना पवेगा। वापस आ रहा श्री दरबार साहब है, सोलर सिस्टम सेवा नाल किहड़े मिशन नूं अगे तुरा जा रहा। तनवा साहब, वैसे पत्रकार नूं अंदरली गल पता हुंदी है, हुण पता नहीं तुहानूं किन्नी क पता किन्नी क नहीं पता, मैनूं नहीं पता गा। तनवा साहब, मैं तां उहनूं पुछिआ सीगा वी तुसीं इन्ने फंड कित्थों लै के आउंगे, इहनां तां नाल दी नाल कहता सी पंज तख्तां तक जाण नूं तैयार है, सानू श्रोमणी कमेटी सेवा देवे जां होर कमेटियां जिहड़ियां जिन्हां कोल सांभ संभाल दा सारा जिम्मा हैगा। इह तनवा साहब, इह बहुत बहुत वड्डा प्रोजैक्ट हो जूगा। तनवा साहब, इन्ने फंड्स कित्थों कलैक्ट होणगे सर? जदों असी गल कर रहे सी के पी सिंह जी, तुहाडा सवाल बहुत अहम है कि फंड कित्थों इकट्ठे होणगे, खास करके उदों जदों फंडां दे बारे कई तरह दीआं गल्लां च असी चुकन लगे, समां नहीं लाउंदे, किंतु परंतु करन लगे, समां नहीं लाउंदे, अजे प्रोजैक्ट शुरू नहीं होया, कई तरह दीआं गल्लां शुरू लोग कर देंदे ने जी, इहदे च इन्ना ज़्यादा आ बजट, ओवर बजट हो रहा, किस तरह हो रहा। पर जिवें जिस दिन ये उत्थे अनाउंस होया जी, श्रोमणी कमेटी वालों इन्हां ने प्रैस कॉन्फ्रेंस की है, उस तो बाद मैं नाल ही जुड़िया सीगा, तुसी हैरान होवोगे कि एक मेरे बड़े करीबी, मान लो सिख संस्था के चेयरमैन साहब नाल मैं गल की जी, आ प्रोजैक्ट की इतों गल पहुँच गई है, तो तकरीबन 1/4 उस दिन ही ये असी सिख सेवा वालों ये पूर्ण करता सर बहादुर सिंह होरां ने। और हुण भी लोगों के उत्साह आ कि असी वध तो वध इहदे च योगदान पाउणा। और खूबसूरती इस गल की के पी सिंह जी, ये बनती पई है कि इस सारे प्रोजैक्ट के नाल, जिवें तुसी हुणे इन पैनलिस्ट नूं गल कर रहे सीगे कि जो सानू गुरु साहिबां ने दस्सिया है, पवन गुरु पाणी पिता माता धरत महत, और इस वेले जो आप गल कर रहे हैं तो जिहड़े अमेरिका के प्रेजिडेंट बाइडन वालों इन्हां दे विशेष इनवॉय नियुक्त किए गए सीगे, अमेरिका के फॉर्मर फॉरन सैकटरी जिहड़े स्टेट सैकटरी सीगे जॉन कैरी, वो भारत बंगलादेश के अबूधाबी के दौरे पर सीगे, और गल ये करन आए सीगे इनवायरमेंट की, और असी खूबसूरती नाल ये गल कर रहे हैं। सो ये बहुत वड्डा माया की सिख तो एक एक इहो जिहा हैगा है जिहड़ा इस कल्ले नूं प्रोजेक्ट नूं सांभ सकता है। पर लोगों तो मैं जो फीडबैक लै रहा बड़ी खूबसूरत, वह कहें जी असं ये वेखना चाहते हैं कि जो असी ये $100 भी पाना है ज एक डॉलर भी पाना, सानू ये लगे कि वह जो बल्ब आदा योगदान वो रोशनी के साडा हिस्सा है। बड़ी बड़ी खूबसूरत गल कही है तुसीं। डॉक्टर एन पी सिंह, जिहड़े ये बल्ब की रोशनी की गल करते पे, मैं ऊर्जा तो शुरू किया, इस ऊर्जा नूं चलाउण दे लई सानूं बहुत दिक्कतां भी आउंदियां, बड़ी जरूरत भी पैंदी है हर चीज़ की, हर बंदे नूं नाल जोड़ना। डॉक्टर एन पी सिंह, तुसीं हजे ये प्रोजैक्ट शुरू करना है, उस तो पहलां तुसीं सुपना पंज तख्तां दा लै लिया, इस दे नाल मेरे वर्गे लोग है जिहड़े इहनूं सुणदे पए, उहनां दा सुपना होगा कि सारे जिहड़े वड्डे वड्डे धार्मिक स्थान आ, उस तो इलावा होर जिहड़े कम्यूनिटी नाल जुड़े हुए चीज़ां हैगियां, उत्थे भी सारे सिस्टम लग जाण, ये पॉसीबल है? जां असीं स्टूडियो 'च बह के वड्डियां वड्डियां गल्लां कर लईए ते बस उदों बाद ठीक है जी, लोकां ने देख लिया प्रोग्राम, गल खत्म? जिस एंथूजियाज़म दे नाल ये शुरुआत हुई है इस प्रोजैक्ट की, मैं तकरीबन 3 महीने तो रेगूलरली उत्थे विजिट कर रहा, फिर मैं इनिशियली मैं शुरू किया, फिर मैं बलौर सिंह जी जिहड़े साडे पंजाब दे विच रनाउंड सोलर दे प्रोजैक्ट दे प्रोजैक्ट चलाउण दे अप्रूव करन दे एक्सपर्ट सी, इन्हां नूं एसोशिएट किया अपने नाल, और फिर अगे टीम वध रही है। उस तो बाद सानूं जदों असीं इनिशियली कर रहे सी, सानूं ये नहीं सी पता भी इहनूं एग्जीक्यूट कौन करेगा, पर जदों सानूं पता लगा भी इन्हां दे यूनाइटेड सिख संस्था जिहड़ी यूनाइटेड सिख मिशन वाले श्री ढींसा जी और इन्हां दी टीम आ गई, फिर ये टीम जिवें एक्सपैंड हो रही है, जिनी ये डेडिकेशन नाल काम कर रही, मैनूं नहीं लग रहा भी ये कोई काम बहुत वड्डा है। इन्हां दे होर भी बहुत सारे प्रोजैक्ट है इन्हां दे हाथ दे विच जिहड़े मेरे नाल, क्योंकि मैं एजुकेशन दे नाल संबंधित हाँ, ये एक ये प्रोजैक्ट जिहड़ा बहुत छोटा है इन्हां वास्ते, इन्हां दे जो सोच है पंजाब वास्ते सिखिज़म वास्ते वो बहुत वड्डी है। अज भी असीं किसी बहुत वड्डे एजुकेशनिस्ट नाल दोनों जणे मैं और ढींसा साहब गल करके आए हैं, ताकि साढ़े बच्चे जिहड़े है अगली आने वाली जनरेशन है वो किवें अच्छी एजुकेशन लैके अच्छियां पोजिशन दे अक्वायर कर सकन, उहदे वास्ते भी इन्हां दा बड़ी डेडिकेशन है, इन्हां दा पूरा उहदे वास्ते लग रहा भी इन्हां दा प्रोजैक्ट बनाउण दा पक्का मन है भी वो काम किया जाए, बच्चे जे साडी अगली जनरेशन पढ़ के अच्छियां पोजिशनां ते जाएगी तो सिखिज़म और पंजाबीयत अगे वधेगी। ठीक है बलौर सिंह जी,
तुसी सर इस जॉब में रहे हो, माफ़ करना मैं गल कह रहा, उदों ही तुसी बड़ी अवेयर करने की कोशिश की होगी भाई आके प्रोजेक्ट ले लो, सबसिडी मिलती पई है, इन्ने पैसे थोड़े बच जाएंगे, बड़े लोगों ने थोड़े अगर भी सवाल किए होंगे बलौर सिंह जी तुम्हें विचों की लेना है, तुम एवं सरकार स्कीम अगर वधाई होने, बड़े योजे सवाल आए होंगे बलौर सिंह जी थोड़े अगर। बलौर सिंह जी गल है कि जो धार्मिक स्थान पर यह जहाँ प्रोजेक्ट शुरू होंगे उनका सुनेहा बहुत दूर तक जाता है कि लोग धर्म की आस्था की गल बहुत जल्दी मानते हैं, तो लगता है कि दरबार साहब तो यह प्रोजेक्ट है जोड़ा होर धार्मिक स्थाना तक पहुँचेगा, उत्थे गलबात होगी, जी इस बारे कोई सोचा कि तुम जाके अवेयर करो किसी? बिल्कुल जी, ये प्रोजेक्ट तो लगान तो बाद एक बहुत बड़ा मैसेज बाकी जगह भी जाएगा, लेकिन इस तो पहला असी जो मैं गवर्नमेंट सर्विस दे विच सीगा उस वेले भी असी गवर्नमेंट ऑफ इंडिया दी या स्टेट गवर्नमेंट दी काफ़ी स्कीमां सी जिहदे असी कुछ डेमोंस्ट्रेशन प्रोजेक्ट लगाए सीगे, मैनूं पता उधर इनाम भी मिले हुए। हाँ जी, दरबार साहब भी असी एक छोटा प्रोजेक्ट 25 किलोवाट का लगाया सीगा गुरु अर्जन देव नवाज जी दे, लेकिन बहुत छोटा प्रोजेक्ट सीगा डेमोंस्ट्रेशन वास्ते, लेकिन ये असी जिहड़ा 1.5 मेगावाट का प्रोजेक्ट शुरू कर रहे हैं, इट्स ए बिग प्रोजेक्ट। ये असी बाकी जिहड़ियां संस्था जिस तरह ढींसा साहब ने दस्सिया हैगा बाकी तख्तां ते, क्योंकि ये जिहड़ा सेल्फ जनरेटर जिहड़े हैगे आ, क्योंकि जिहड़े दूसरे मैं सर 5 तख्तां तो अगे वधना चाहुंदा सर, मैं हर उस तख्त की गल करना चाहुंदा जिथे मानवता की गल होवे, जिथे मनुखता की गल होवे, मैं हर उस तख्त की गल करना चाहुंदा। बिल्कुल, ये कल्ला सिर्फ आपां गुरुद्वारिया साहब की गल ना करिए, बाकी एजुकेशनल इंस्टीट्यूशन घरां दे विच इंस्टीट्यूशन दे विच इंडस्ट्री दे विच ऑलरेडी असी जे गल कर लईए पंजाब दे विच असी 1000 मेगावाट के करीब सोलर एनर्जी प्रोड्यूस कर रहे हैं डिफरेंट सोर्सिस तो। बलौर सिंह जी तुहानू तुहाडे जो नौकरी करदे सी उदों सन्मान भी मिले आ, पर यह मंच तुहाडी जिम्मेवारी ला रहा कि असल सन्मान यह है कि तुसी हुण लोकां नू जागरूक करना वध तों वध। हाँ जी, ये तो बड़े साढ़े बड़े भाग ने जी, हुण सानू इस प्रोजेक्ट नाल जुड़न का मौका मिलिया हैगा, साडी कोशिश है असी वध तों वध जिहड़ियां इहदियां मैं स्पैसीफिकेशन दे बारे जे गल करां जी, जो बेस्ट स्पैसीफिकेशन असी इस वेले अवेलेबल हैगी है, जिस तरह सोलर पैनल्स ने गे असी मोस्ट एफिशेंट पैनल जिहड़े हैगे आ इहदे लई असी सिलेक्ट कीते ने गे, विच इज़ 500 वॉट, उहदी एफिशेंसी भी 21% हैगी है, असी कंपनी जिहड़ी सिलेक्ट कीती है दे विल गिव गरंटी फॉर 25 ईयर्स, उहदे च असी तां कि प्रोजेक्ट लगन तो बाद कई बार प्रॉब्लम आउंदी है उहदी रनिंग दे विच, इहनू असी 10 साल दा जिहड़ा ऑपरेशन मेंटेनेंस दा कॉन्ट्रैक्ट भी उहदे विच ही नाल रखिया हैगा, जिहड़ी ढींसा साहब ने सानूं कॉस्ट दसी हैगी है जिहड़ा शुरू करन लग्गिया 1.5 मेगावाट दा प्रोजेक्ट विच इज़ अबाउट 5% ਪੱਚੀ ਸਾਲ ਜਿਹੜੀ ਆ ਗਰੰਟੀ ਦਿੱਤੀ ਜਾਂਦੀ ਹੈ, ਚੱਲਦਾ 25 ਸਾਲ ਇਹ? ਇਹਦੇ 'ਚ ਜਿਹੜਾ ਮੇਨ ਕੰਪੋਨੈਂਟ ਹੈਗਾ ਜੀ 50% ਜਿਹੜੀ ਕੋਸਟ ਹੈਗੀ ਆ ਸੋਲਰ ਪੈਨਲ ਦੀ ਹੈਗੀ ਹੈ, ਇਹ ਆਲਰੇਡੀ ਪ੍ਰੂਫ ਹੋ ਚੁੱਕਿਆ ਹੈਗਾ 20 ਸਾਲ ਤੋਂ ਪਹਿਲਾਂ, ਇਹ 25 ਸਾਲ ਤੋਂ ਪਹਿਲਾਂ ਜਿਹੜੇ ਪੈਨਲ ਲੱਗੇ ਹੋਏ ਨੇ ਇਹਦੇ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ, ਸਿਰਫ ਡਿਟੀਰੀਓਰੇਸ਼ਨ ਹੋ ਜਾਂਦੀ ਹੈਗੀ ਹੈ, ਇਹਦੇ ਪਹਿਲੇ ਸਾਲ ਇਹਦੀ ਡਿਟੀਰੀਓਰੇਸ਼ਨ ਜਿਹੜੀ ਆ ਤਕਰੀਬਨ 1% ਹੁੰਦੀ ਹੈ, ਉਸ ਤੋਂ ਬਾਅਦ ਹਰ ਸਾਲ 0.5% ਹੁੰਦੀ ਹੈ, ਐਟ ਦਾ ਐਂਡ ਆਫ 25 ਈਅਰ ਆਲਸੋ ਸੋ ਇਟ ਵਿਲ ਗਿਵ ਅਬਾਊਟ 80% ਐਫੀਸ਼ੀਐਂਸੀ। चलो मैं थोड़ी गल मानना बलौर सिंह जी, कोई टैक्नीकल चीज़ें जान दो। ढींसा साहब जो तुम प्रोजेक्ट बारे सोचिया जो विचारिया तो मेरा मन में सवाल यह आऊगा, साढ़े दर्शक जो सामने बैठा सर उनके मन में भी यही सवाल आऊगा, कैलीफोर्निया जो बैठा शख्स है जोड़ा वो पंजाब बारे सोच रहा, इन्नी फिक्र क्यों? पता नहीं जी, इस प्रोजेक्ट बारे वाहगुरु की बख्शिश की साढ़े बलदेव सिंह होनी कंग साहब कारगो सोल्यूशन इतने आए हुए थे, उन्होंने इन्हों मिल के जो प्रोजेक्ट की गल चल रही थी तो मैंने उन्होंने कॉल की भी दरबार साहब की सेवा जी दे रहे हैं, तो मैं अजे गल नहीं की, मेरे को एक चीज़ निकली, मैं क्या जो दरबार साहब की सेवा मार रही है तेरा फर्ज बनता ही झोलिया डलना, क्यों गुरु साहब की सेवा जी जो उत्थे बंदा मनुकर हो जाए तो फिर बंदा किसी जोगा नहीं देता, यह नहीं भी उन्होंने कोई प्रॉब्लम आती है, गुरु तो मनुकर हो जाता, इस करके पता नहीं ये डेडिकेशन मेरे को कितों निकली जां उन्होंने किस विषय से गल की, उस तो बाद असी विद इन 2 वीक जी सू सेवा जी श्रोमणी कमेटी ने रेजुलेशन पा के देती, मैं धन्यवाद करदा भी बीजगीर कौर होना का ज जे उन्होंने सारे हिस्से योगी आ जिन्होंने ये सानू योग समझिया, फिर दूसरी बेनती है भी जे ये कोई कमी रह जाए पैसे की मिसयूज हो जाए वो रिस्पोंसिबिलिटी दास दी होगी, क्योंकि मुखी होने के नाते तो जे कोई बड़प्पण हो संगत का होगा,
मैं कदे भी यहो जिहा शो प्लान नहीं किया पर जो तुहानूं मिलिया तुसीं एनवायरमेंट की गल की इसलिए मैनूं भी गल करनी पै रही है एनवायरमेंट की क्योंकि एनवायरमेंट की गल साडी सारयां दी सांझी है जे असीं सांझीवालता दा सुनेहा नहीं देवांगे तो फिर असीं उस सुनेहे तो उस फलसफे तो मुनकर हो जावांगे जिहड़ा 550 साल पहलां सानूं मिलिया सीगा क्योंकि उस युग में जदों ये गल्लां कहियां जांदियां सीगियां उदों शायद किसी ने इन्ना ना सोचा होवे पर अज उही गल्लां इस साइंस के युग में सानू याद आ रही जिंदे असी आधुनिक दौर में गुजरते पे हैं पर असी हुण सोचते पे हैं जी वह गल्लां असी पहलां मन्नियां हुंदियां ते अज चुगिरदे नूं असी बहुत हद तक बचाया हुंदा साडी भी कोशिश है तुसी सारे कोशिशां करो योगदान पाउणा पैणा सारयां नूं इह ना सोचो कि मेरे कल्ले नाल की होणा जां मैं की लैणा जदों इह सोचोगे फिर कुछ नहीं होणा वापस आ रहे दरबार साहब है सोलर सिस्टम सेवा नाल किहड़े मिशन नूं अग्गे तोरा जा रहा ढींडर साहब असी आखिरी हिस्से विच ढींडर साहब जदों करतारपुर लांघे की गल चल रही थी उदों मैं तुहानूं देखिया सीगा तुसीं एक बुकलेट भी लैके इत्थे पहुँचे हुए सीगे तुसीं श्रोमणी कमेटी कोल अपीलां कीतियां सरकारां कोल गए तुसीं मेरा सवाल यह है कि करतारपुर लांघे की गल जदों हुंदी सी तां उदों गुरु नानक साहब दे गल दे नाल गुरु नानक साहब दे जिहड़े उपदेश हैगे उहनां दा जिक्र हुंदा सीगा तुसीं उहनां उपदेशां नूं ही सार्थक करन लई सारयां नूं कह रहे वी इकट्ठे होईए असीं देखो जी जे गुरु नानक साहब तो मनुख रहा तो वही सारी दुनिया तो मनुख रहा सानू उन्हां दे आदेशों ते उपदेशों ते जरूर पालन साडा आस विच मन मटाव हो सकता पर विचारां ते नहीं हो सकता क्योंकि उन्हें सारी दुनिया नूं ही सांझीवालता दा उपदेश दिता चगिरदा बचाउणा अपना भाईचारा बचाउणा अपने संस्कार बचाउणे अपने बच्चों वधिया संस्कार देने यही उन्हां दा विशा सी क्योंकि जे बच्चों नूं वधिया संस्कार मिलणगे वधिया एजुकेशन मिलेगी तो ही वो जो बनता योग अपने पंथ ते अपनी कम्यूनिटी अपने देश लई पा सकते हैं तो जो असी साडे बच्चे ही पंडित भगौड़े हो जाएंगे जां उन्हां नूं असी काउंसलिंग नहीं दे सकते कि हर बच्चे का दिमाग इन्ना डिवेलप नहीं हुंदा कि वो अपने आप कुछ कर जाए सानूं काउंसलिंग की बहुत बड़ी जरूरत है सारे ही दुनिया के जिहड़े पढ़े लिखे साडे सज्जन विद्वान रिटायर होकर बैठ गए हैं उन्हां दे चरणां 'च बेनती अपने अपने इलाके वो बच्चे काउंसलिंग करो जिन्हां दे काउंसलिंग करो जिन्हां दे माँ पे इस योग नहीं पे बच्चों नूं सही लाइन दे सकन तां ही असी ये नेपरे चढ़ सकते हाँ कि लंबी दौड़ आ जे 50 साल गिरावट नूं लगे आ तो सानूं 50 साल उपर चक्कण भी लगन गए ढींडर साहब एक वैसे सवाल है टैक्नीकली मैं तुहानूं पुछना चाहुंदा बड़ा औखा हुंदा बाहरों जिहड़े फंडस लिया के इत्थे खर्चने क्योंकि हुण सरकारी रूल्स आ जिहड़े बड़े सख्त कर दित्ते गए आ उहनां नाल किवें जिठोंगे ढींडर साहब उहदे लई कोई प्लानिंग कीती है हाँ जी वो साड़ी जी एन जी ओ सी भी इन्होंने कुछ गवर्नमेंट के हुक्म अनुसार सानू दिल्ली दे विच फिर दोबारा सैटअप अकाउंट करने पे साढ़े को फेमा जड़ा वो पिछले 6 साल तो लगातार हैगा तो हुण भी जड़ा अकाउंट साड़ा सैटअप हो गया तो फंडिंग जी असी सीधी डायरैक्टली उन्होंने लोगों को दे रहे हैं जिन्होंने दरबार साहब के कम करना ना कि असी श्रोमणी कमेटी दे रहे हैं तो उन्होंने बिलिंग चाहे असी इतों कर सकते हैं चाहे असी उत्थों कर सकते हैं ये कोई खास बिघन वाली गल नहीं बाकी जिदा गवर्नमेंट आदेश करूगी असी उस हिसाब वैसे यह सवाल तुम्हें तंग भी करूगा पर यह सवाल पूछना लाजमी है दर्शक जानना चाहते हैं सेवा जो की जाती है सेवा तो शक नहीं हों गा पर हूँ सेवा तो शक होने लग पाया ढींडर साहब उन्होंने की जवाब दोगे जो सेवा तो शक करते हैं वो कहें भाई ये फंड्स कितों कट्ठे करे की कुछ सब कुछ करे पता नहीं इनका मकसद की हैगा उन्होंने की जवाब दोगे ढींडर साहब चंगी गल है जी जे कोई तुहाडे उत्ते किंतु करता तो तैनूं होर अलर्ट करता मैं धन्यवाद करता उन्होंने लोगों का जिहड़े किंतु करते चंगे पॉजिटिव सवाल पुछते तो पुछना भी चाहिए आ क्योंकि ये लोगों का पैसा है साडा पैसा नहीं असी अपना बनता योगदान तो पा सकते हैं पर सारा फंड जिहड़ा अपने को नहीं ला सकते डॉक्टर एन पी सिंह शक करना चाहिए शक दी इस प्रोजेक्ट दे विच मैनूं लग रहा भी इह कोई गंजाइश नहीं है क्योंकि जो जिहड़ा शक करदा उहनूं की जवाब दोंगे मैं तो उहदा सवाल कर रहा ना सर एडवांस कर रहा सर कल नूं तुहानूं 4 महीने नूं कोई पुछूगा मैं पहला पुछ रहा शक ये जिहड़ा प्रोजेक्ट है ये बड़ा ट्रांसपेरेंट तरीके दे नाल इहदी जिहड़ी कॉस्ट है वो किते भी कोई बैठा होया चैक कर सकदा क्योंकि इहदे विच कोई ऐसा कंपोनेंट ही नहीं जिहदे विच तुसीं शक कर सको जिन्नी मेहनत मेरे ख्याल इस प्रोजेक्ट दे विच इनू फाइनलाइज और कॉस्ट कैलकुलेशन और कॉस्ट नू कंपीटिटिव बनाने की गई है शायद आम असी अपने प्रोजेक्ट वास्ते भी नहीं करते तो उहदे च बहुत सारिया जिहड़ियां गल्लां दा ख्याल भी रखा गया बई सानू जदों सिलेक्शन दा एक मेन क्राइटेरिया सी जो असी कंपनी सिलेक्ट करनी वो बंदा बहुत श्रद्धावान होना चाहिए ताकि वह भी ये समझे भी मैं कॉस्ट टू कॉस्ट ही कम करना है तो श्रद्धा के नाल करना गुरु साहब का घर समझ के करना ना कि उस मैनू कोई बचत या प्रॉफिट होवे
ਬਲੌਰ ਸਿੰਘ ਜੀ, ਵੈਸੇ ਟੈਕਨੀਕਲੀ ਤੁਸੀਂ ਮੇਰਾ ਸ਼ੱਕ ਤਾਂ ਪਹਿਲਾਂ ਦੂਰ ਕਰਤਾ ਸੀਗਾ, ਮੈਂ ਤੁਹਾਨੂੰ ਇੱਕ ਸਵਾਲ ਵੀ ਕੀਤਾ ਸੀਗਾ ਵਾਰੰਟੀ ਗਰੰਟੀ ਵਾਲਾ। ਬਲੌਰ ਸਿੰਘ ਜੀ, ਇਸ ਪ੍ਰੋਜੈਕਟ ਦੇ ਨਾਲ ਅਸੀਂ ਪਹਿਲਾਂ ਗੱਲ ਕੀਤੀ ਹੈ ਚੌਗਿਰਦੇ ਨੂੰ ਅਸੀਂ ਬਚਾ ਸਕਦੇ ਹਾਂ, ਤੁਸੀਂ ਇਹ ਵੀ ਕਿਹਾ ਬਿੱਲ ਵਿੱਚ ਵੀ ਬੱਚਤ ਹੋਊਗੀ। ਜਿਹੜੀ ਉੱਥੇ ਸੰਗਤ ਆਉਂਦੀ ਹੈ ਸਰ, ਸੰਗਤ ਗੁਰੂ ਘਰ ਤੋਂ ਕੁਛ ਨਾ ਕੁਛ ਲੈ ਕੇ ਜਾਂਦੀ ਹੈ, ਉੱਥੋਂ ਪ੍ਰਸ਼ਾਦ ਲਿਜਾਣਾ ਉਹਦਾ ਸੁਭਾਗ ਹੈ, ਉਹਦੀ ਖੁਸ਼ਕਿਸਮਤੀ ਹੈ, ਉਹ ਸਭ ਚੀਜ਼ਾਂ ਵੱਖਰੀਆਂ। ਜਿਹੜਾ ਇਹੋ ਜਿਹਾ ਸੁਨੇਹਾ ਉੱਥੇ ਜਦੋਂ ਉਹਨਾਂ ਨੂੰ ਮਿਲੂਗਾ ਸਰ, ਉਹ ਕਿਤੇ ਦੂਰ ਤੱਕ ਫੈਲ ਸਕਦਾ ਹੈ, ਤੁਹਾਨੂੰ ਲੱਗਦਾ ਇਸ ਗੱਲ ਦਾ? ਬਿਲਕੁਲ ਜੀ, ਮੈਂ ਥੋੜ੍ਹਾ ਇਹ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਪ੍ਰੋਜੈਕਟ ਅਸੀਂ 1.5 MW ਦੀ ਗੱਲ ਕਰ ਰਹੇ ਹਾਂ ਸਿਰਫ, ਇਹਦਾ ਇਨਵਾਇਰਮੈਂਟ ਬੈਨੀਫਿਟਸ ਜਿਹੜੇ ਹੈਗੇ ਹੈ, ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ, ਜਿਹੜਾ ਅਸੀਂ ਕਲਾਈਮੇਟ ਦੀ ਗੱਲ ਕਰ ਰਹੇ ਹਾਂ, ਇਹ 1.5 MW ਤੋਂ ਸਾਡਾ ਐਨੂਅਲੀ ਸਾਲ ਦਾ 1500 ਟਨ ਸਾਡੀ ਜਿਹੜੀ CO2 ਹੈ, ਕਾਰਬਨ ਡਾਈਆਕਸਾਈਡ ਹੈ, ਉਹਦੀ ਸਾਡੀ ਅਮਿਸ਼ਨ ਜਿਹੜੀ ਹੈਗੀ ਆ ਉਹ ਰੁਕ ਜਾਏਗੀ। ਇਹ ਸਾਡਾ ਇਨਵਾਇਰਮੈਂਟ ਨੂੰ ਬਹੁਤ ਫਾਇਦਾ ਹੋਏਗਾ। ਦੂਸਰੀ ਗੱਲ, ਜਿਹੜੀ ਪ੍ਰੋਜੈਕਟ ਨੂੰ ਇੰਪਲੀਮੈਂਟ ਕਰਨ ਦੀ ਗੱਲ ਹੈ, ਇਹਦੇ 'ਚ ਕੋਈ ਇਤਨੀ ਜ਼ਿਆਦਾ ਅਸੀਂ ਟਰਾਂਸਪੇਰੈਂਸੀ ਰੱਖੀ ਹੈ, ਵੀ ਹੈਵ ਸਿਲੈਕਟਡ ਦਾ ਬੈਸਟ ਸਪੈਸੀਫਿਕੇਸ਼ਨ। ਜੇ ਕੱਲ੍ਹ ਨੂੰ ਕੋਈ ਕੁਐਸਚਨ ਕਰੇ ਵੀ ਇਹਦੇ ਪ੍ਰੋਜੈਕਟ ਬਾਰੇ ਕੁਛ, ਮਤਲਬ ਬੈਸਟ ਸਪੈਸੀਫਿਕੇਸ਼ਨ ਜੋ ਅਵੇਲੇਬਲ ਹੈਗੀ ਹੈ, ਮੋਸਟ ਐਫੀਸ਼ੈਂਟ ਪੈਨਲ ਇਨਵਰਟਰ ਵੀ ਹੈਵ ਸਿਲੈਕਟਡ, ਐਂਡ ਮੋਸਟ ਕੰਪੀਟੀਟਿਵ ਪ੍ਰਾਈਸ ਵੀ ਹੈਵ ਟੇਕਨ, ਮੇਨਟੇਨੈਂਸ ਆਲਸੋ ਫਾਰ 10 ਈਅਰਸ। ਕੋਈ ਇਹਦੇ 'ਚ ਕੋਈ ਕਿਸੇ ਕਿਸਮ ਦਾ ਮਤਲਬ ਕਿ ਅਸੀਂ ਕੋਈ ਲੂਪ ਹੋਲ ਨਹੀਂ ਛੱਡਿਆ ਹੈਗਾ ਵੀ ਕੱਲ੍ਹ ਨੂੰ ਕੋਈ ਸਾਨੂੰ ਟੈਕਨੀਕਲੀ ਕੋਈ ਕੁਐਸਚਨ ਕਰੇ ਵੀ ਦਿਸ ਵਾਜ ਦਾ ਬੈਸਟ। ਸੋ ਵੀ ਹੈਵ ਸਿਲੈਕਟਡ ਦਾ ਬੈਸਟ ਪੈਨਲ, ਵੀ ਹੈਵ ਬੈਸਟ ਸਿਲੈਕਟਡ ਦਾ ਬੈਸਟ ਇਨਵਰਟਰ ਐਂਡ ਬੈਲੈਂਸ ਆਫ ਸਿਸਟਮ। ਮੈਂ ਕਹਿ ਸਕਦਾ ਮੇਰੇ ਕੋਲ ਬੈਸਟ ਪੈਨਲ ਬੈਠਾ, ਮੈਂ ਕਹਿ ਸਕਦਾ ਮੇਰੇ ਕੋਲ ਬੈਸਟ ਪੈਨਲ ਬੈਠਾ ਇਸ ਵਕਤ। ਸੋ ਅਸੀਂ ਦੇਖੋ ਜੋ ਆਪਣੇ ਇਮਾਨਦਾਰੀ ਨਾਲ ਜਿਸ ਤਰ੍ਹਾਂ ਢੀਂਡਸਾ ਸਾਹਿਬ ਨੇ ਦੱਸਿਆ ਹੈਗਾ, ਅਸੀਂ ਜੋ ਅੱਜ ਦੀ ਡੇਟ ਦੇ ਵਿੱਚ ਵਰਲਡ ਦੇ ਵਿੱਚ ਆਈ ਕੈਨ ਸੇ ਹੇਅਰ ਇਨ ਦਾ ਪੈਨਲ ਕਿ ਜੋ ਅਸੀਂ ਟੈਕਨੀਕਲ ਸਪੈਸੀਫਿਕੇਸ਼ਨ ਅਸੀਂ ਸਿਲੈਕਟ ਕੀਤੀਆਂ ਨਹੀਂ ਆ, ਦੇ ਆਰ ਦਾ ਬੈਸਟ। ਚਲੋ, ਜੇ ਕੱਲ੍ਹ ਨੂੰ ਕੋਈ ਸਵਾਲ ਹੋਊਗਾ, ਸਵਾਲ ਪੁੱਛਣ ਵਾਲਾ ਵੀ ਸਭ ਤੋਂ ਪਹਿਲਾਂ ਮੈਂ ਹੀ ਹੋਊਗਾ। ਹਾਂਜੀ, ਫਲੋਰ ਸਿੰਘ ਜੀ, ਥੈਂਕ ਯੂ। ਤਨਵਾ ਸਾਹਿਬ, ਆਖਰੀ ਸਵਾਲ ਤੁਹਾਨੂੰ ਸਰ ਤੁਹਾਨੂੰ ਕਰ ਰਹੇ ਹਾਂ। ਤਨਵਾ ਸਾਹਿਬ, ਸਰ ਸ਼ੱਕ ਵਾਲੇ ਸਵਾਲ ਕਰਨੇ ਚਾਹੀਦੇ ਆ, ਮੈਂ ਤਾਂ ਕਰ ਲਏ। ਬਿਲਕੁਲ ਬਣਦੇ ਨੇ ਕੇਪੀ ਸਿੰਘ ਜੀ, ਤੁਸੀਂ ਸੁਚੇਤ ਕਰ ਰਹੇ ਹੋ ਉਹਨਾਂ ਦਰਸ਼ਕਾਂ ਨੂੰ ਵੀ ਜਿਹੜੇ ਆਸਥਾ ਰੱਖਦੇ ਨੇ, ਔਰ ਇਹਨਾਂ ਪ੍ਰਬੰਧਕਾਂ ਨੂੰ ਵੀ, ਔਰ ਆਪਣੀ ਜ਼ਿੰਮੇਵਾਰੀ ਵੀ ਤੁਸੀਂ ਬਖੂਬੀ ਨਿਭਾ ਰਹੇ ਹੋ ਕਿ ਹੁਣੇ ਦੱਸ ਦਿਓ ਕੱਲ੍ਹ ਨੂੰ ਇਹ ਸਵਾਲ ਹੋਣੇ ਨੇ, ਫਿਰ ਨਾ ਕਿਉਂ ਉੱਦਣ ਤੇ ਬੜੇ ਗੁਣ ਗਾਉਂਦੇ ਸੀਗੇ, ਅੱਜ ਇਹ ਸਵਾਲ ਕਿਉਂ ਪੁੱਛਦੇ ਹੋ? ਤੁਹਾਡਾ ਬੜਾ ਵਾਜਬ ਹੈ, ਪਰ ਮੈਂ ਇੱਕ ਗੱਲ ਇਹ ਕਹਿਣੀ ਚਾਹੁੰਦਾ ਕਿ ਸਿਰਫ ਸਵਾਲ ਪੁੱਛਣ ਲਈ ਨਾ ਕਰੀਏ, ਅਸੀਂ ਇਹ ਵੇਖੀਏ ਵੀ ਅਸੀਂ ਆਪ ਕੀ ਕੀਤਾ, ਔਰ ਇਹਦੇ 'ਚ ਪਾਰਦਰਸ਼ਤਾ ਜਿਹੜੀ ਆ ਇਹ ਢੀਂਡਸਾ ਸਾਹਿਬ ਨਾਲ ਵੀ ਤੇ ਹਰ ਇੱਕ ਨੇ ਗੱਲ ਕੀਤੀ ਆ ਕਿ ਇਹ ਕੰਮ ਅੱਗੇ ਤਦ ਹੀ ਚੱਲਣਗੇ ਜਿਹਨਾਂ ਦੇ ਵਿੱਚ ਪਾਰਦਰਸ਼ਤਾ ਹੋਵੇਗੀ, ਔਰ ਪਾਰਦਰਸ਼ਤਾ ਰੱਖਣੀ ਬੜੀ ਜ਼ਰੂਰੀ ਆ। ਇੱਕ ਗੱਲ ਮੈਂ ਐਂਡ ਤੇ ਜ਼ਰੂਰ ਇਹ ਕਹਿਣੀ ਚਾਹੁੰਦਾ ਕਿ 22 ਤੇ 23 ਅਪ੍ਰੈਲ ਨੂੰ ਅਮੈਰੀਕਾ ਵਰਲਡ ਕਲਾਈਮੇਟ ਸਮਿਟ ਕਰ ਰਿਹਾ ਹੈ, ਜਿਹਦੇ 'ਚ 40 ਦੇਸ਼ ਇਕੱਠੇ ਹੋ ਰਹੇ ਨੇ। ਸਾਡੇ ਕੋਲ ਇੰਨਾ ਵਧੀਆ ਮੌਕਾ ਹੈਗਾ ਹੈ ਕਿ ਅਸੀਂ ਇਹ ਰਿਸੋਰਸਿਸ ਜਿਹੜੇ ਨੇ ਔਰ ਆਪਣੇ ਐਨਰਜੀ ਇੱਧਰ ਲਾਈਏ, ਔਰ ਕੋਸ਼ਿਸ਼ ਕਰੀਏ ਕਿ ਅਸੀਂ ਅਮੈਰੀਕਾ ਦੀ ਗਵਰਨਮੈਂਟ ਤੋਂ ਕੀ ਲੈ ਸਕਦੇ ਹਾਂ। ਮੈਂ ਰੋਜ਼ ਉਹਨਾਂ ਨੂੰ ਕਵਰ ਕਰਦਾ, 2 ਵਾਰੀ ਇਹਦੇ 'ਤੇ ਸਟੋਰੀਆਂ ਕਰ ਚੁੱਕਾ, ਅੱਗੇ ਵੀ ਕਰਦੇ ਰਹਿਣਾ ਆਪਾਂ ਇਹਦੇ 'ਤੇ ਡਿਸਕਸ਼ਨ, ਔਰ ਇਹਦੇ ਬਾਰੇ ਕੋਈ ਸ਼ੰਕਾ ਦੀ ਗੁੰਜਾਇਸ਼ ਨਹੀਂ ਹੈ। ਧਨਵਾਦ ਸਾਹਿਬ, ਤੁਸੀਂ ਗੱਲ ਅਮੈਰੀਕਾ ਦੀ ਗੱਲ ਕਰ ਲਈ, ਕਲਾਈਮੇਟ ਦੀ ਗੱਲ ਕਰ ਲਈ, 40 ਕੰਟਰੀਆਂ ਉੱਥੇ ਇਕੱਠੀਆਂ ਹੋ ਰਹੀਆਂ, ਸਰ ਪੈਰਿਸ ਜਲਵਾਯੂ ਸਮਝੌਤੇ ਦੀ ਵੀ ਗੱਲ ਕਰਨੀ ਚਾਹੀਦੀ ਹੈ। ਬਿਲਕੁਲ, ਉਹ ਉਸੇ ਨੂੰ ਤੇ ਅੱਗੇ ਤੁਰਨ ਲੱਗੇ ਜੀ, ਪ੍ਰੈਜ਼ੀਡੈਂਟ ਸਰ ਤੁਰੂਗਾ, ਸਰ ਤੁਰੂਗਾ ਧਨਵਾਦ ਸਾਹਿਬ, ਬਿਲਕੁਲ ਤੁਰ ਪਿਆ ਜੀ, ਬਿਲਕੁਲ ਤੁਰ ਪਿਆ। ਚਲੋ, ਪੱਤਰਕਾਰਾਂ ਵਾਲਾ ਸਵਾਲ ਵੀ ਮੈਂ ਕਰ ਲਿਆ ਜਾਂਦਾ, ਯੋਗਦਾਨ ਉਹਦੇ ਵਿੱਚ ਜਿਹੜੀਆਂ ਇਹ ਡਿਸਕਸ਼ਨਸ ਤੁਸੀਂ ਅੱਜ ਕਰ ਰਹੇ ਹੋ ਨਾ, ਜੇ ਇਹਨਾਂ ਨੂੰ ਕਿਤੇ ਅਸੀਂ ਪ੍ਰੋਪਰ ਢੰਗ ਨਾਲ ਪ੍ਰੈਜ਼ੈਂਟ ਕਰ ਸਕੀਏ। ਮੈਂ ਵਾਸ਼ਿੰਗਟਨ DC ਦੇ ਵਿੱਚ ਸਿਰਫ ਪੱਤਰਕਾਰ ਤਾਂ ਨਹੀਂ, ਮੈਂ ਆਪਣੇ ਚੈਨਲ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ, ਤੁਹਾਡੇ ਵਰਗੇ ਲੋਕਾਂ ਜਿਨ੍ਹਾਂ ਨਾਲ ਮੈਂ ਕੰਮ ਕਰ ਰਿਹਾ, ਜਿਹੜੇ ਉਤਸ਼ਾਹਿਤ ਕਰਦੇ ਹੋ, ਇਹ ਦਰਵਾਜ਼ੇ ਹੀ ਨੌਕ ਕਰ ਰਿਹਾ ਨਾਲ ਨਾਲ ਮੈਂ, ਤਾਂ ਕਿ ਅਸੀਂ ਇਹਨਾਂ ਦੇ ਵਿੱਚ ਵੜ ਕੇ ਉੱਥੋਂ ਕੋਈ ਨਾ ਕੋਈ ਚੀਜ਼ ਹਾਸਲ ਕਰ ਸਕੀਏ। ਧੰਨਵਾਦ ਸਾਹਿਬ, ਇਨਵਾਇਰਮੈਂਟ ਦੀ ਗੱਲ ਫਿਰ ਅਸੀਂ ਕਰਾਂਗੇ ਦੁਬਾਰਾ ਜਦੋਂ ਸਾਰੀ ਉੱਥੋਂ ਦੀ ਰਿਪੋਰਟ ਆ ਜਾਊਗੀ ਸਾਡੇ ਕੋਲ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਅਮਰੀਕਾ ਦੀ। ਐਬਸੋਲਿਊਟਲੀ, ਬਿਲਕੁਲ, ਔਰ ਇਹ ਕੰਟੀਨਿਊ ਹੋਣੀ ਚਾਹੀਦੀ ਆ, ਜਿਸ ਤਰ੍ਹਾਂ ਦੇ ਤੁਸੀਂ ਸਵਾਲ ਉਠਾਏ ਨੇ ਇਹਨਾਂ ਦੇ ਜਵਾਬ ਤੇ ਇਹਨਾਂ ਦੇ ਸਵਾਲ, ਬਿਲਕੁਲ ਇਹਨਾਂ ਦੀ ਲਗਾਤਾਰਤਾ ਬਣੀ ਰਹਿਣੀ ਚਾਹੀਦੀ ਹੈ। ਠੀਕ ਹੈ, ਇੱਕ ਆਖਰੀ ਸਵਾਲ ਢੀਂਡਸਾ ਸਾਹਿਬ, ਫਿਰ ਆਪਾਂ ਡਿਬੇਟ ਸਮਾਪਤ ਕਰਨੀ ਹੈ। ਤੁਸੀਂ ਕਹਿ ਰਹੇ ਸੀਗੇ ਅਸੀਂ ਇਹਦੇ ਚਲਾ ਵੀ ਰਹੇ ਹਾਂ, ਜਿਹੜਾ ਇੱਥੇ ਹੈ ਟਹਿਣੀਆਂ ਉੱਥੇ ਹੈ, ਇਹਦਾ ਮਤਲਬ ਕੀ ਹੈ ਸਰ? ਇਹਦਾ ਮਕਸਦ ਇਹ ਹੈ ਜੀ ਵੀ ਸਾਡਾ ਪਿਛੋਕੜ ਪੰਜਾਬ ਨਾਲ ਜੁੜਿਆ ਹੋਇਆ, ਅਤੇ ਜਿਸ ਘਰ ਪੇਕੇ ਹੋਣ ਉਸ ਘਰ ਦੀ ਜਿਹੜੀ ਆ ਗਈ ਹੋਈ ਬੱਚੀ ਸਦਾ ਹੀ ਸਲਾਮਤੀ ਮੰਗਦੀ ਆ। ਜੇ ਇੱਥੇ ਸੁਖੀ ਰਹਿਣਗੇ ਲੋਕ ਤਾਂ ਸਾਨੂੰ ਵੀ ਆਪਣੇ ਉੱਥੇ ਬੈਠਿਆਂ ਨੂੰ ਮਾਣ ਹੋਵੇਗਾ ਵੀ ਸਾਡੇ ਪਿਛੋਕੜ ਜਿਹੜਾ ਆ ਬਹੁਤ ਵਧੀਆ ਆ, ਬਹੁਤ ਸੇਫ ਆ, ਚੰਗੀ ਐਜੂਕੇਸ਼ਨ ਹੈਗੀ ਉਹਨਾਂ ਕੋਲ, ਜਾਂ ਚੰਗਾ ਇਨਵਾਇਰਮੈਂਟ ਹੈਗਾ, ਤਾਂ ਹੀ ਅਸੀਂ ਬਾਹਰ ਸੁਖੀ ਰਹਾਂਗੇ। ਜੇ ਇੱਥੇ ਮਾੜਾ ਹੋਇਆ ਤਾਂ ਅਸੀਂ ਬਾਅਦ ਚੰਗੇ ਵੀ ਹੋ ਜਾਵਾਂਗੇ, ਸ਼ਾਇਦ ਸਾਨੂੰ ਉਹ ਮਾਣ ਨਾ ਪ੍ਰਾਪਤ ਹੋਵੇ ਜਿਹੜਾ ਇੱਥੇ ਚੰਗੇ ਹੋਣ ਨਾਲ ਮਿਲੇਗਾ।
चलो बहुत धन्यवाद टिंडसा साहब तुहाडे मिशन लई तुहानू ऑल द बेस्ट तनवा साहब तुहाडा बहुत धन्यवाद बलोर सिंह जी तुहाडा बहुत धन्यवाद ते डॉक्टर एनपी सिंह तुहाडा बहुत धन्यवाद साडा इस चर्चा का मकसद सिर्फ सोलर सिस्टम नहीं तुहाडी ऊर्जा की गल करन दा मकसद है साडे जिहड़े सोमे जिहड़े सानू मिले हुए आ उहनां दी गल करना मकसद है ज़्यादा कुछ नहीं कहूँगा सब कुछ इन्हां पैनलिस्ट ने कह दिता मैं तो एको गल कहूँगा कीड़ियाँ ते चिड़ियाँ जे दोबारा चाहीदियां तां चगिरदा बचा लो बहुत धन्यवाद।